ਆਪ ਜੀ ਸੰਗਤਾਂ ਨਾਲ ਕੁਝ ਵਿਚਾਰ ਸਾਂਝੇ ਕਰ ਰਿਹਾ ਹੈ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਈ ਹਰਿੰਦਰ ਸਿੰਘ ਜੀ ਨਿਰਵੈਰ ਖਾਲਸਾ ਜਥਾ ਕਮੈਂਟਰੀ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਕੁਝ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਸੋ ਦਾਸ ਉਸ ਬਾਰੇ ਆਪ ਜੀ ਨੂੰ ਕੁਝ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹੈ ਜੋ ਕਿ ਭਾਈ ਹਰਿੰਦਰ ਸਿੰਘ ਨੇ ਕੁਛ ਪਿਛਲੇ ਸਮੇਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਤਲੇ ਸਮੇਂ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਜੋ ਹਰੇਕ ਨਾਨਕ ਨਾਮ ਲੇਵਾ ਸਿੱਖ ਦੇ ਦਿਲ ਨੂੰ ਬਹੁਤ ਹੀ ਸੱਟ ਵੱਜੀ। ਚਾਹੇ ਉਹ ਸਿੱਖ ਸੀ, ਚਾਹੇ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਹਰੇਕ ਨੇ ਇਸ ਚੀਜ਼ ਦਾ ਬਹੁਤ ਬੁਰਾ ਮਨਾਇਆ। ਇਹਨਾਂ ਵਿਚਾਰਾਂ ਨੂੰ ਦੇਖਦੇ ਹੋਏ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਵਿਖੇ 21 ਦਸੰਬਰ ਨੂੰ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਸਮੂਹ ਜਥੇਬੰਦੀਆਂ ਨੇ ਭਾਗ ਲਿਆ। ਜਿਹੜੇ ਗੁਰਦੁਆਰਿਆਂ ਨੇ ਇਸ ਸ਼ੋਰਟ ਨੋਟਸ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੇ ਟੈਲੀਫੋਨ ਦੇ ਉੱਤੇ ਸਹਿਮਤੀ ਪ੍ਰਗਟਾਈ ਕਿ ਜੋ ਵੀ ਸੰਗਤਾਂ ਦਾ ਅਤੇ ਗੁਰੂ ਘਰਾਂ ਦਾ ਜਥੇਬੰਦੀਆਂ ਦਾ ਫੈਸਲਾ ਹੋਵੇਗਾ ਅਸੀਂ ਤੁਹਾਡੇ ਨਾਲ ਹਾਂ। ਸੋ ਉਸ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਪਰ ਭਾਈ ਹਰਿੰਦਰ ਸਿੰਘ ਜੀ ਜਿੰਨੀਆਂ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਰਹੇ ਹਨ ਹਰੇਕ ਥਾਂ 'ਤੇ ਸਿਰਫ ਦਮਦਮੀ ਟਕਸਾਲ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਉਸ ਵਿੱਚ ਮੀਟਿੰਗ ਵਿੱਚ ਹਰੇਕ ਹੀ ਜਥੇਬੰਦੀ ਅਤੇ ਇੰਗਲੈਂਡ ਦੇ ਬਹੁਤ ਸਾਰੇ ਗੁਰਦੁਆਰਿਆਂ ਨੇ ਭਾਗ ਲਿਆ ਔਰ ਹਰੇਕ ਨੂੰ ਹੀ ਜਿਹੜੀਆਂ ਉਸ ਤਰ੍ਹਾਂ ਵੀ ਸੰਗਤਾਂ ਪਹੁੰਚੀਆਂ ਹਰੇਕ ਦੇ ਹਿਰਦੇ ਨੂੰ ਠੇਸ ਪਹੁੰਚੀ ਸੀ, ਹਰੇਕ ਨੂੰ ਹੀ ਦੁੱਖ ਸੀ। ਸਾਰੀਆਂ ਸੰਗਤਾਂ ਨੇ ਵਿਚਾਰ ਕੀਤੀ ਭਈ ਇਹ ਜੋ ਵੀ ਮਸਲਾ ਹੈ ਸ੍ਰੀ ਖਾਲਸਾ ਸਾਹਿਬ 'ਤੇ ਭੇਜਿਆ ਜਾਵੇ। ਸੋ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਅਕਾਲ ਤਖਤ ਸਾਹਿਬ ਨੂੰ ਭਾਈ ਹਰਿੰਦਰ ਸਿੰਘ ਜੀ ਐਨ ਕੇ ਜੇ ਦਾ ਜੋ ਵੀ ਇਹਨਾਂ ਨੇ ਗਲਤ ਬੋਲਿਆ ਸੀ ਉਹਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਭੇਜਿਆ ਗਿਆ। ਸੋ ਸੰਗਤਾਂ ਨੇ ਇਹ ਫੈਸਲਾ ਲਿਆ ਕਿ ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਾਨੂੰ ਮੈਸੇਜ ਨਹੀਂ ਆ ਜਾਂਦਾ ਜਦ ਤੱਕ ਇਹ ਕਿਸੇ ਵੀ ਸਟੇਜ 'ਤੇ ਕੀਰਤਨ ਨਹੀਂ ਕਰ ਸਕਦੇ ਕਿਉਂਕਿ ਇਹ ਫੈਸਲਾ ਬਹੁਤ ਵਿਚਾਰਾਂ ਕਰਨ ਤੋਂ ਬਾਅਦ ਲਿਆ ਗਿਆ ਕਿ ਜੇਕਰ ਇਹ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਡੇ ਨੌਜਵਾਨ ਬੱਚੇ ਆਪਸ ਵਿੱਚ ਝਗੜਾ ਕਰਨਗੇ, ਲੜਾਈਆਂ ਕਰਨਗੇ, ਉਹ ਸਾਨੂੰ ਸਿੱਖਾਂ ਨੂੰ ਸੋਭਾ ਨਹੀਂ ਦਿੰਦਾ। ਸਾਡਾ ਅਕਾਲ ਤਖਤ ਸੁਪਰੀਮ ਹੈ, ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਨਾ ਚਾਹੀਦਾ ਹੈ, ਸਾਨੂੰ ਉੱਥੇ ਆਏ ਹੋਏ ਫੈਸਲੇ ਦੀ ਹੀ ਉਡੀਕ ਕਰਨੀ ਚਾਹੀਦੀ ਹੈ। ਸੋ ਜੇ ਉਹ ਇਹ ਸਿਰਫ ਟਕਸਾਲ ਅਤੇ ਐਨ ਕੇ ਜੇ ਨੂੰ ਹੀ ਬਣਾਇਆ ਜਾ ਰਿਹਾ ਕਿ ਇਹਨਾਂ ਦੋਵਾਂ ਦਾ ਝਗੜਾ ਚੱਲ ਰਿਹਾ ਹੈ, ਸਾਧ ਸੰਗਤ ਜੀ ਇਸ ਤਰ੍ਹਾਂ ਨਹੀਂ ਹੈ। ਇਹ ਜੋ ਵੀ ਇਹਨਾਂ ਨੇ ਬਚਨ ਕੀਤੇ ਹਨ ਬਹੁਤ ਮਾੜੇ ਕੀਤੇ ਹਨ, ਹਰੇਕ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ ਅਤੇ ਹਰੇਕ ਨੂੰ ਹੀ ਤਕਲੀਫ ਹੋਈ ਹੈ। ਸੋ ਇਹ ਬਿਲਕੁਲ ਮਾੜੀ ਗੱਲ ਸੀ। ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇੰਗਲੈਂਡ ਦੀਆਂ ਸੰਗਤਾਂ ਨੇ, ਗੁਰਦੁਆਰਾ ਸਾਹਿਬਾਂ ਨੇ ਅਤੇ ਸਮੂਹ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ। ਸੋ ਇਹਨਾਂ ਨੂੰ ਅਸੀਂ ਹੁਣ ਵੀ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ 'ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਇਹਨਾਂ ਨੂੰ ਉੱਥੇ ਜੇ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਪੇਸ਼ਗੀ ਵਾਸਤੇ ਚਿੱਠੀ ਪੱਤਰ ਆਇਆ ਹੈ ਤਾਂ ਇਹਨਾਂ ਨੂੰ ਜ਼ਰੂਰ ਉੱਥੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਹੈ ਇਹ ਨਾ ਵੱਧ ਸਕਣ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਭਾਈ ਹਰਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਹੁਣ ਵੀਡੀਓ ਪਾ ਰਹੇ ਹਨ
ਉਹ ਵੀਡੀਓ ਸੁਣਨ ਤੋਂ ਬਾਅਦ ਵਿੱਚ ਸਾਡਾ ਇਹ ਫਰਜ਼ ਬਣਦਾ ਹੈ ਕਿ ਜੋ ਗੁਰੂ ਘਰ ਵਿੱਚ ਸਾਰਿਆਂ ਨੇ ਉਸ ਦਿਨ ਫੈਸਲੇ ਲਾਏ ਸੀ, ਅਸੀਂ ਉਹ ਸੰਗਤਾਂ ਦੇ ਹੂਬਰੂ ਕਰੀਏ ਤਾਂ ਕਿ ਸੰਗਤਾਂ ਅਸਲੀਅਤ ਜਾਣ ਸਕਣ ਕਿ ਅਸਲ ਵਿੱਚ ਇਸ ਮੀਟਿੰਗ ਵਿੱਚ ਕੀ ਫੈਸਲੇ ਕੀਤੇ ਗਏ ਸੀ। ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੀ ਵੀਡੀਓ ਦੇਖੀ ਜ਼ਰੂਰ ਜਾਵੇ ਜੀ। ਉਸ ਮੀਟਿੰਗ ਦੇ ਵਿੱਚ ਬਹੁਤ ਥੋੜ੍ਹਾ ਸਮਾਂ ਹੋਣ ਦਾ ਕਰਕੇ ਕੁਛ ਬੁਲਾਰੇ ਬੋਲੇ ਸਨ, ਦਾਸ ਆਪ ਜੀ ਨੂੰ ਉਹਨਾਂ ਬੁਲਾਰਿਆਂ ਬਾਰੇ ਦੱਸਣਾ ਚਾਹੁੰਦਾ ਹੈ। ਉਹਨਾਂ ਵਿੱਚ ਭਾਈ ਜੋਗਾ ਸਿੰਘ ਜੀ ਬਰਮਿੰਘਮ ਤੋਂ ਅਖੰਡ ਕੀਰਤਨੀ ਜਥਾ, ਜੋ ਕਿ ਭਾਈ ਅਮਰੀਕ ਸਿੰਘ ਜੀ ਗਿੱਲ ਸਿੱਖ ਫੈਡਰੇਸ਼ਨ ਯੂਕੇ ਸਾਊਥਹੈਂਪਟਨ, ਭਾਈ ਪਰਮਿੰਦਰ ਸਿੰਘ ਜੀ ਬਲ ਸਾਊਥਹਾਲ, ਭਾਈ ਗੁਰਮੇਲ ਸਿੰਘ ਜੀ ਮੱਲੀ ਪ੍ਰਧਾਨ ਸਿੰਘ ਸਭਾ ਸਾਊਥਹਾਲ, ਭਾਈ ਚਰਨ ਸਿੰਘ ਟੀ ਵੀ ਡੇਲ ਧਰਮਯੁੱਧ ਜਥਾ, ਭਾਈ ਮਨਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਗੁਰਦਿਆਲ ਸਿੰਘ ਜੀ ਅਠਵਾਲ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਗੁਰਦੀਪ ਸਿੰਘ ਜੀ ਜਗਵੀਰ ਪੰਜਾਬ ਰੇਡੀਓ, ਭਾਈ ਤਰਸੇਮ ਸਿੰਘ ਜੀ ਦਿਓਲ ਬ੍ਰਿਟਿਸ਼ ਸਿੱਖ ਕੌਂਸਲ, ਭਾਈ ਕੁਲਦੇਵ ਸਿੰਘ ਜੀ ਚਹੇੜੂ FSO ਚੀਫ ਔਰਗੇਨਾਈਜੇਸ਼ਨ, ਭਾਈ ਜਸਵੰਤ ਸਿੰਘ ਜੀ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਜੀ, ਅਤੇ ਇਹਨਾਂ ਤੋਂ ਇਲਾਵਾ ਭਾਈ ਜਰਨੈਲ ਸਿੰਘ ਜੀ ਭਿੰਡਰ ਨਿਸ਼ਕਾਮ ਸੇਵਕ ਜਥਾ, ਸਮਾਂ ਥੋੜ੍ਹਾ ਹੋਣ ਦਾ ਕਰਕੇ ਉਹ ਨਹੀਂ ਬੋਲ ਸਕੇ, ਲਿਸਟਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਰਾਜਾ ਕੰਗ ਜੀ, ਉਹ ਵੀ ਥੋੜ੍ਹਾ ਲੇਟ ਪਹੁੰਚਣ ਦੀ ਵਜ੍ਹਾ ਨਾਲ ਨਹੀਂ ਬੋਲ ਸਕੇ, ਹੋਰ ਬਹੁਤ ਸਾਰੇ ਬੁਲਾਰੇ ਜੋ ਬੋਲਣਾ ਚਾਹੁੰਦੇ ਸੀ ਪਰ ਟਾਈਮ ਘੱਟ ਹੋਣ ਕਰਕੇ ਉਹ ਸਮਾਂ ਨਹੀਂ ਦਿੱਤਾ ਗਿਆ। ਆਪ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪ ਜੀ ਜ਼ਰੂਰ ਇਸ ਸਾਰੀ ਵੀਡੀਓ ਨੂੰ ਸੁਣਿਓ, ਕਿਉਂਕਿ ਇਸ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਹਨ ਸਾਰਿਆਂ ਦੇ ਆਪ ਜੀ ਵਿਚਾਰ ਸਰਵਣ ਕਰਿਓ। ਆਪ ਅੰਦਾਜ਼ਾ ਲਾਇਓ ਕਿ ਇਹ ਜੋ ਫੈਸਲਾ ਸੀ ਇਹ ਕੱਲੀ ਦਮਦਮੀ ਟਕਸਾਲ ਦਾ ਸੀ ਜਾਂ ਕਿ ਸਾਰੀਆਂ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਸੀ ਅਤੇ ਸੰਗਤਾਂ ਦਾ ਸੀ। ਸੋ ਦਾਸ ਆਪਣੇ ਗੁਰੂ ਘਰ ਦੇ ਪ੍ਰਬੰਧ ਵੱਲੋਂ ਸਾਰਿਆਂ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਦੁਬਧਾ ਵਾਲਾ ਵਿਸ਼ਾ ਨਾ ਛੇੜੀਏ ਜਿਸ ਦੇ ਨਾਲ ਸੰਗਤਾਂ ਦੇ ਵਿੱਚ ਹੋਰ ਵੀ ਮਤਭੇਦ ਵਧਣ, ਕਿਉਂਕਿ ਸਿੱਖ ਪੰਥ ਅੱਗੇ ਹੀ ਬਹੁਤ ਮੁਸ਼ਕਲਾਂ ਵਿੱਚ ਦੀ ਲੰਘ ਰਿਹਾ ਹੈ। ਸੋ ਆਪ ਇਸ ਤਰ੍ਹਾਂ ਦੇ ਵਿਚਾਰ ਆਪਣੇ ਸਟੇਜਾਂ ਉੱਤੋਂ ਨਾ ਪ੍ਰਗਟ ਕਰੋ ਜਿਨ੍ਹਾਂ ਨਾਲ ਸੰਗਤਾਂ ਨੂੰ ਹੋਰ ਵੀ ਦੁਬਧਾ ਵਿੱਚ ਜਾ ਕੇ ਔਂਕੜਾਂ ਦਾ ਸਾਹਮਣਾ ਪੈਂਦਾ ਕਰਨਾ ਪੈਂਦਾ ਹੈ ਅਤੇ ਆਪਸ ਵਿੱਚ ਮਤਭੇਦ ਵੱਧਦੇ ਹਨ। ਸਾਨੂੰ ਸਿਰਫ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ, ਨਾ ਕਿ ਸਾਨੂੰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਛੇੜਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਸੰਗਤ ਗੁੰਮਰਾਹ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕਹਿੰਦੇ ਸੀ ਬਾਬਾ ਤੇਰੀ ਆਵਾਜ਼ ਬੰਦ ਕਰਾਂਗੇ ਸਾਨੂੰ ਚੰਗੀ ਨਹੀਂ ਲੱਗਦੀ, ਐਂਡ ਸਟੋਰੀ ਆਪਾਂ ਇਹ ਪੜ੍ਹਦੇ ਹਾਂ, ਮੁਸਲਮਾਨਾਂ ਵਾਸਤੇ ਚਾਦਰ ਹੀ ਰਹਿ ਗਈ ਸੀ, ਹਿੰਦੂਆਂ ਵਾਸਤੇ ਫੁੱਲ ਰਹਿ ਗਏ ਸੀ, ਕਿਉਂਕਿ ਇਹ ਦੱਸਣਾ ਸੀ ਨਾ ਬਾਬਾ ਸਭ ਦਾ ਸਾਂਝਾ। ਪਰ ਪਿਆਰਿਓ ਇੱਕ ਮਿੰਟ ਸੋਚ ਕੇ ਵੇਖੋ, ਜਿਹੜੇ ਬੰਦੇ ਨੂੰ ਮਰਡਰ ਕੀਤਾ ਹੋਵੇ, ਜਿਹੜੇ ਬੰਦੇ ਦੀ ਲਾਸ਼ ਪਤਾ ਨਾ ਲੱਗੇ ਕਿੱਥੇ ਆ, ਇੱਦਾਂ ਹੀ ਆਪਾਂ ਕਹਿੰਦੇ ਹਾਂ ਬਸ ਲਾਸ਼ ਵੀ ਲੱਭੀ ਨਹੀਂ, ਐਟ ਦੀ ਐਂਡ ਆਫ ਦ ਲਾਸਟ ਸਟੇਜ ਲਾਸ਼ ਵੀ ਨਹੀਂ ਲੱਭੀ, ਲਾਸ਼ ਵੀ ਨਹੀਂ ਮਿਲੀ, ਮੀਨਿੰਗ ਦ ਬੋਡੀ ਆਫ ਗੁਰੂ ਨਾਨਕ ਪਾਤਸ਼ਾਹ ਵਾਸ ਫਾਊਂਡ ਟੂ ਡੂ ਸੰਸਕਾਰ ਆਫ। ਕਦੇ ਸੋਚਿਆ ਥੋੜ੍ਹਾ ਆਪਾਂ ਇੱਦਾਂ? ਤਾਂ ਮੈਨੂੰ ਇੱਕ ਮਿੰਟ ਦੱਸਿਓ, ਲਾਸ਼ ਕਿੱਥੋਂ ਲੱਭਣੀ ਸੀ ਫਿਰ ਉਹਨਾਂ ਦੀ? ਇਹ ਤਾਂ ਸਟੋਰੀ ਬਣਾਤੀ ਆ ਐਂਡ ਅਖੀਰ 'ਤੇ ਕਿ ਲਾਸ਼ ਬਸ ਚਾਦਰ ਬਣ ਗਈ ਸੀ, ਲੋਕਾਂ ਨੂੰ ਤਸੱਲੀ ਦੇਣ ਵਾਸਤੇ। ਜਿਹੜੀ ਮਾਂ ਦਾ ਪੁੱਤ ਚੱਲ ਜੇ ਲਾਸ਼ ਨਾ ਲੱਭੇ, ਉਹ ਮਾਂ ਨੂੰ ਪੁੱਛ ਕੇ ਵੇਖੋ, ਮਾਂ
ਜਾਂਦੀ ਵਾਰ ਆਪਣੇ ਪੁੱਤ ਦਾ ਮੂੰਹ ਵੀ ਨਹੀਂ ਵੇਖ ਸਕੀ ਤਾਂ ਅੱਗਿਓਂ ਕੋਈ ਕਵੇ ਨਹੀਂ ਵੀ ਉਹ ਲਾਸ਼ ਦਾ ਨਾ ਜੀ ਚਾਦਰ ਬਣ ਗਈ, ਲਾਸ਼ ਦੇ ਫੁੱਲ ਬਣ ਗਏ। ਪਰ ਨਹੀਂ ਪਿਆਰਿਓ, ਗੱਲ ਕੁਛ ਹੋਰ ਸੀ ਤੇ ਦੱਸੀ ਕੁਛ ਹੋਰ ਗਈ ਆ। ਬੋਡੀ ਲੈ ਗਏ, ਕੀ ਪਤਾ ਕਿੱਥੇ ਉਹਨਾਂ ਦਾ ਕਤਲ ਵੀ ਕਰਤਾ ਹੋਣਾ, ਮਰਡਰ ਵੀ ਕਰਤਾ ਹੋਣਾ ਕਿ ਇਹਦੀ ਆਵਾਜ਼ ਬੰਦ ਕਰੀਏ। ਕਿਡਨੈਪ ਕਰਤੇ ਹੋਣਗੇ ਪਾਤਸ਼ਾਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਗੁਰਮੇਲ ਸਿੰਘ ਐਂਡ ਆਈ ਅਟੈਂਡਿਡ ਦ ਪੰਥਿਕ ਮੀਟਿੰਗ ਹੈਲਡ ਔਨ ਦ 21st ਆਫ ਡਿਸੰਬਰ 2019 ਐਟ ਗੁਰੂ ਹਰਰਾਇ ਗੁਰਦੁਆਰਾ ਸਾਹਿਬ ਇਨ ਵੈਸਟ ਬ੍ਰੋਮਿਚ। At that meeting, a number of resolutions were unanimously passed and I was asked to read those out in English, which I did. As a result of that, I have been asked to clarify a few points relating to that event. The first one is, why was the meeting called and who called it? Well, the meeting was called by a number of Sikh organizations and Gurdwaras. And the reason why they called the meeting was because there was widespread concern over comments made by a Pracharak, and the feeling was that it needed to be de-escalated, and whatever the next steps were, they needed to be taken in the spirit of collective or shared endeavor. And that is very much in line with the Sikh traditions of Guru Granth, Guru Panth, come together, have a debate, and resolve from those debates. The next question is, who actually attended that meeting? Well, the meeting was attended by a very diverse group of representatives from organizations and Gurdwara Sahibs, and some individuals also came. And there were people who couldn't make it to the meeting because of the short notice, but what they did was they chose to supply their comments in writing or by telephone to the organizers. And we will share a small clip from the proceedings so you can judge for yourself who was actually present and who actually spoke and perhaps what they actually said as well. And I hope that will then clarify that particular point. The third point relates to the resolutions themselves. And I think there's one in particular that I needed to clarify. In order to prevent escalation, there was a feeling that we needed to create a cooling off period and allow time for Sri Akal Takht Sahib to investigate and take a view. And that's why one of the resolutions was for a temporary ban on the prachar of this individual, so that we don't have the kind of disharmony that it was likely to create had that prachar continued. So that was the spirit of that particular resolution. Overall, the spirit of the meeting was that the pracharaks need to act responsibly. There are issues which the panth has determined are to be parked until such time that enlightened Gursikhs and scholars can sit down and have an honest discussion without any pressures from any jathebandis or any individuals and resolve those issues. But that time is not now, and that time has not come yet. Hence,
The plea to all the Pracharaks is, can you please steer away from those issues and focus on building faith, building belief, challenging mindless rituals and superstitions, and please not raise any other issues as well, that are likely to cause controversy. We as a community, as a panth, are going through a very, very difficult time and have been doing so since at least 1978. We need time and space and sufficient harmony and unity in order to reflect and come up with a plan for our future. And then we need the kind of unity and resolve in order to deliver that future. And what we don't need is these side issues, which are taking up an enormous amount of panthic energy and diverting us all from the real work. In offering this clarification, if I have overstepped the mark or said something which has caused anyone offense, please accept my sincere apologies. That is not the intention. The only intention is that we are now able to move forward, and what we don't want to see is continuing disquiet, divisions, and disharmonies. ਪੁੱਛਕ ਮਾਫ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸੁਣੀ। ਸਤਿਗੁਰ ਸੱਚੇ ਪਾਤਸ਼ਾਹ ਜੀਓ, ਸਭ ਹੂੰ ਜਥੇਬੰਦੀਆਂ ਸਿੰਘ ਸਾਹਿਬਾਨ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਰੂਪ ਵਿੱਚ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਵਾ ਰਹੇ ਹਨ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਕਰਨੀ ਜੋ ਕਿ ਸਤਿਗੁਰ ਜੀ ਸੰਸਾਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀਓ ਪੰਥਕ ਦੋਖੀਆਂ ਵਾਲੋਂ ਆਪ ਜੀ ਦੇ ਇਤਿਹਾਸ ਦੇ ਨਾਲ ਆਪ ਜੀ ਦੇ ਧਾਮਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਤੂ ਪ੍ਰਿੰਤੂ ਕੀਤਾ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀਓ, ਉਸ ਵਾਸਤੇ ਸਤਿਗੁਰ ਜੀਓ ਸਿੱਖ ਪੰਥਕ ਬੰਦੀਆਂ ਜਥੇਬੰਦੀਆਂ ਇਕੱਤਰ ਹੋਈਆਂ ਨੇ। ਆਪ ਜੀ ਨੇ ਕਿਰਪਾ ਕਰਨੀ ਗੁਰਮਤਾ ਪਾਸ ਕਰਨ ਵਾਸਤੇ ਆਪ ਜੀ ਨੇ ਸੇਧ ਬਖਸ਼ਣੀ। ਸਰਬੱਤ ਜਥੇਬੰਦੀਆਂ ਦੇ ਸੀਸ ਤੇ ਮਿਹਰਾਂ ਭਰੇ ਹੱਥ ਰੱਖਣੇ ਆਪ ਜੀ ਦੇ ਕੋਲ ਨੂੰ ਸਤਿਗੁਰ ਜੀ ਆਗਿਆ ਮੰਗ ਰਹੇ। ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ ਸਤਿਗੁਰ ਜੀ। ਪਰ ਜੋ ਪਿਛਲੇ ਹਫ਼ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਉਹਨੇ ਕੂੜ ਪ੍ਰਚਾਰ ਕੀਤਾ, ਉਹ ਸਹਿਣ ਤੋਂ ਬਾਹਰ ਸੀ ਤੇ ਮਾਫ਼ ਕਰਨ ਦੇ ਯੋਗ ਨਹੀਂ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਉਹ ਸੁਣਿਆ ਹੈ, ਬਹੁਤ ਜ਼ਿਆਦਾ ਦੁੱਖ ਲੱਗਾ ਸਾਰੀਆਂ ਸੰਗਤਾਂ ਨੂੰ। ਔਰ ਗੁਰੂ ਹਰਿ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੱਜਣਾਂ ਨਾਲ ਮਿਲ ਕੇ ਇਹ ਉੱਤੇ ਉਪਰਾਲਾ ਕੀਤਾ ਗਿਆ, ਜਲਦੀ ਤੋਂ ਜਲਦੀ ਇਹਦੇ 'ਤੇ ਵਿਚਾਰ ਕਰਕੇ ਕੋਈ ਸੁਚੱਜਾ ਫੈਸਲਾ ਲਿਆ ਜਾਵੇ, ਇਹਨਾਂ ਦੁਖੀਆਂ ਨੂੰ ਨੱਥ ਪਾਈ ਜਾਵੇ। ਸੋ ਸਾਰਿਆਂ ਨੂੰ ਤਕਰੀਬਨ ਆਪ ਨੂੰ ਭਲੀ ਭਾਂਤ ਪਤਾ ਹੈ ਕਿ ਜੋ ਉਹਨੇ ਸ਼ਬਦਾਵਲੀ ਗੁਰੂ ਨਾਨਕ ਸਾਹਿਬ ਦੇ ਖਿਲਾਫ਼ ਬੋਲੀ ਹੈ। ਸਤਿਸੰਗ ਜੀ, ਜੋ ਦਾਸ ਮਹਿਸੂਸ ਕਰ ਰਿਹਾ, ਇਹੋ ਜਿਹੇ ਇਨਸਾਨ ਉਹ ਸਿੱਖ ਕਿਹਦੇ ਹਨ? ਇੱਕ ਪਾਸੇ ਇਹਨੂੰ ਰੱਬ ਦਾ ਰੂਪ ਕਹਿ ਰਹੇ ਹਾਂ, ਅਕਾਲ ਪੁਰਖ ਆਪਣਾ ਰੂਪ ਧਾਰ ਕੇ ਦੁਨੀਆਂ ਦਾ ਸੁਧਾਰ ਕਰਨ ਵਾਸਤੇ ਸਿੱਧੇ ਰਸਤੇ ਪਾਉਣ ਤੇ ਸੰਗਤਾਂ ਨੂੰ ਆਏ ਸਨ। ਦੂਸਰੇ ਪਾਸੇ ਅਸੀਂ ਉਹਨਾਂ ਵਾਸਤੇ ਇਹ ਸ਼ਬਦਾਵਲੀ ਵਰਤ ਰਹੇ ਹਾਂ ਕਿ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦਾ ਮਰਡਰ ਕੀਤਾ ਗਿਆ। ਕੀ ਸਾਨੂੰ ਇੰਨਾ ਭਰੋਸਾ ਆਪਣੇ ਗੁਰੂ ਤੇ?
ਉਹ ਦੁਨੀਆਂ ਦਾ ਮਾਲਕ ਜਿਹਦੀ ਆਗਿਆ ਤੋਂ ਬਗੈਰ ਸ੍ਰਿਸ਼ਟੀ ਦਾ ਪੱਤਾ ਨਹੀਂ ਹਿੱਲ ਸਕਦਾ, ਔਰ ਸਮੇਂ ਦੇ ਹਾਕਮਾਂ ਨੂੰ ਲਲਕਾਰ ਕੇ ਸਤਿਗੁਰਾਂ ਨੇ ਪ੍ਰਚਾਰ ਕੀਤਾ, ਦੁਨੀਆਂ ਦੇ ਸਿੱਧੇ ਰਸਤੇ ਪਾਇਆ। ਔਰ ਇਹਨਾਂ ਲੋਕਾਂ ਵੱਲੋਂ ਇਹੋ ਜਿਹਾ ਕੂੜ ਪ੍ਰਚਾਰ ਕਰਕੇ ਸੰਗਤਾਂ ਵਿੱਚ ਦੁਵਿਧਾ ਪਾਈ ਜਾ ਰਹੀ ਹੈ, ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸੋ ਸਤਿਸੰਗ ਜੀ, ਸੋ ਪ੍ਰਬੰਧਕਾਂ ਨੇ ਉਦਮ ਕੀਤਾ ਸਾਰੇ ਰਲ ਮਿਲ ਕੇ ਅਤੇ ਸੰਗਤ ਦੀ ਇਕੱਤਰਤਾ ਕਰਕੇ ਇਹਦੇ ਵਿੱਚ ਯੋਗ ਫੈਸਲਾ ਲਿਆ ਜਾਵੇ, ਔਰ ਬਾਕੀ ਦੁਖੀਆਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਗੁਰੂ ਇਤਿਹਾਸ ਦੇ ਔਰ ਗੁਰੂ ਸਾਹਿਬ ਦੇ ਜਾਂ ਗੁਰਬਾਣੀ ਦੇ ਖਿਲਾਫ਼ ਅਸੀਂ ਬੋਲਣਾ ਹੈ। ਔਰ ਸਤਿਸੰਗ ਜੀ, ਇਹ ਮੁਹਿੰਮਾਂ ਪਹਿਲੇ ਦਿਨ ਤੋਂ ਚੱਲਦੀਆਂ ਆ ਰਹੀਆਂ ਹਨ। ਆਪਾਂ ਕਈ ਵਾਰੀ ਢਿੱਡ ਵੱਤ ਜਾਈਦੀ ਹੈ ਅਤੇ ਚਲੋ ਇੱਕ ਗਲਤੀ ਕੀਤੀ, ਦੋ ਗਲਤੀਆਂ ਕੀਤੀਆਂ, ਮਾਫ਼ ਕਰ ਦਿਓ। ਪਰ ਸਤਿਸੰਗ ਜੀ, ਹੁਣ ਤਾਂ ਉਹਨੇ ਸਾਡੇ ਗੁਰੂ ਸਾਹਿਬ ਦੇ ਕੇਸਾਂ ਨੂੰ ਹੱਥ ਪਾ ਲਿਆ। ਜੇ ਅਸੀਂ ਫਿਰ ਵੀ ਚੁੱਪ ਕਰ ਰਹੇ ਹਾਂ ਜਾਂ ਚੁੱਪ ਕਰਦੇ ਹਾਂ ਤੇ ਸਾਡੇ ਜੀਵਨ ਤੇ ਧਰਕਾਰ ਹੈ, ਅਸੀਂ ਸਿੱਖ ਹੋਣ ਦੇ ਲਾਇਕ ਨਹੀਂ ਹਾਂ। ਸੋ ਸਾਰੇ ਵੀਰਾਂ ਦਾ, ਸਾਰੀਆਂ ਸੰਗਤਾਂ ਦਾ ਪ੍ਰਬੰਧ ਵੱਲੋਂ ਮੈਂ ਧੰਨਵਾਦ ਕਰਦਾ। ਔਰ ਬੜੀ ਮਨ ਨੂੰ ਅੱਜ ਖੁਸ਼ੀ ਹੋਈ ਹੈ ਸਤਿਸੰਗ ਜੀ, ਜੋ ਆਪਣੇ ਪਤਵੰਤ ਸੱਜਣ ਸਾਰਿਆਂ ਨੇ ਗੁਰੂ ਘਰਾਂ ਦੇ ਮੁੱਖ ਸੇਵਾਦਾਰ, ਜਥੇਬੰਦੀਆਂ ਦੇ ਮੁੱਖ ਸੇਵਾਦਾਰ, ਫੈਡਰੇਸ਼ਨ ਦੇ ਮੁੱਖ ਸੇਵਾਦਾਰ, ਜਿੰਨੀਆਂ ਵੀ ਆਪਣੀਆਂ ਸੰਗਤਾਂ ਇੱਥੇ ਪਹੁੰਚੀਆਂ ਹਨ, ਉਹਨਾਂ ਨੇ ਵਿਚਾਰ ਵਟਾਂਦਰਾ ਕਰਕੇ ਕੁਝ ਜੋ ਵਿਸ਼ਾ ਬਣਾਇਆ ਹੈ ਉਹ ਆਪਦੇ ਸਨਮੁੱਖ ਭਾਈ ਗੁਰਮੇਲ ਸਿੰਘ ਜੀ ਕੰਦੋਲਾ ਸਾਹਿਬ ਰੱਖਣਗੇ। ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕੁਆ ਕੇ ਸਾਰੀ ਸੰਗਤਾਂ ਨੂੰ ਜਾਣਕਾਰੀ ਦੇਣ। ਸੋ ਸਤਿਸੰਗ ਜੀ, ਇੱਕ ਮੇਰੀ ਹੱਥ ਜੋੜ ਕੇ ਪ੍ਰਬੰਧ ਵੱਲੋਂ ਬੇਨਤੀ ਹੈ, ਕਿਸੇ ਵੀ ਵੀਰ ਭੈਣ ਗੱਲ ਕਰਨੀ ਹੋਵੇ ਬੜੀ ਸ਼ਾਂਤੀ ਦੇ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਲੇ ਸਮਝ ਕੇ। ਜੇ ਤਾਂ ਆਪਾਂ ਗੁਰੂ ਦੇ ਸਿੱਖ ਹਾਂ, ਗੁਰੂ ਨਾਨਕ ਸਾਹਿਬ ਜੀ ਦੇ, ਫਿਰ ਤਾਂ ਮੇਰਾ ਖਿਆਲ ਜੋ ਇਹਨਾਂ ਵੀਰਾਂ ਨੇ ਫੈਸਲਾ ਲੈਣਾ ਹੈ, ਆਪਾਂ ਨੂੰ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਾਂ, ਜੇ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹਾਂ, ਸਾਡੇ ਮਨ 'ਚ ਕੋਈ ਹੋਰ ਵਿਚਾਰ ਆਉਂਦੀ ਹੈ, ਉਹ ਆਪਣੀ ਸਾਡੀ ਆਪਣੀ ਸੋਚ ਹੈ। ਸੋ ਦਾਸ ਇੱਥੇ ਇੱਕ ਮਤਲਬ ਜੱਜ ਹੈ। ਸੋ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਸਟੇਜ ਜਾਣ ਦੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਪਿਆਰੇ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਦਾ ਜਿਹੜਾ ਹੁਣ ਜਿਹੜਾ ਪ੍ਰੋਗਰਾਮ ਹੈਗਾ, ਇਸ ਤਰ੍ਹਾਂ ਅਸੀਂ ਉਡੀਕਿਆ ਕਿ ਪਹਿਲਾਂ ਅਸੀਂ ਜਿਹਨੇ ਵੀ ਕਿਸੇ ਨੇ ਕੋਈ 2 ਮਿੰਟ ਗੱਲ ਕਰਨੀ ਉਹ ਕਰ ਸਕਦੇ ਨੇ, ਅਤੇ ਉਹਨਾਂ ਦੇ ਬਾਅਦ ਦੇ ਵਿੱਚ ਅਸੀਂ ਰੈਜ਼ੋਲਿਊਸ਼ਨਸ ਰੱਖਾਂਗੇ, ਅਤੇ ਜੇ ਸਾਰਿਆਂ ਦੀ ਸਭ ਸਹਿਮਤੀ ਹੋਈ ਤਾਂ ਫਿਰ ਰੈਜ਼ੋਲਿਊਸ਼ਨ ਇੱਕ ਕਿਸਮ ਦੇ ਅੱਜ ਦੀ ਮੀਟਿੰਗ ਦੇ ਉਹ ਡਿਸੀਜਨਸ ਹੋਣਗੇ, ਫੈਸਲੇ ਹੋਣਗੇ। ਅਤੇ ਅੱਜ ਦੀ ਮੀਟਿੰਗ ਪੰਥਿਕ ਮੀਟਿੰਗ ਹੈ, ਇਹਦੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ। ਦੂਰੋਂ ਨੇੜਿਓਂ ਚੜ ਕੇ ਸਾਰੀਆਂ ਗੁਰੂ ਨਾਨਕ ਲੇਵਾ ਸਿੱਖਾਂ 'ਤੇ ਆਏ ਹੋਏ ਨੇ, ਗੁਰੂ ਘਰਾਂ ਦੇ ਪ੍ਰਬੰਧ ਔਰਗਨਾਈਜੇਸ਼ਨਸ ਦੇ ਵਿੱਚੋਂ ਅਤੇ ਉਂਝ ਟਨ ਕੇ ਸੰਗਤ ਦੇ ਵਿੱਚੋਂ ਵੀ ਸਾਰੇ ਇੱਥੇ ਆਏ ਹੋਏ ਨੇ। ਸੋ ਅੱਧਾ ਜਿਹੜਾ ਫੈਸਲਾ ਹੈਗਾ ਪੰਥਿਕ ਫੈਸਲਾ ਅੱਜ ਦੀ ਮੀਟਿੰਗ ਦਾ ਹੋਏਗਾ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਭਾਈ ਜੋਗਾ ਸਿੰਘ ਆ ਕੇ ਆਪਣੇ ਵਿਚਾਰ ਦੇ, ਅਤੇ ਇੱਕ ਬੇਨਤੀ ਇਹ ਵੀ ਨਾਲ ਨਾਲ ਕਰਦਾ ਹੈਗਾ ਕਿ ਪਲੀਜ਼ ਜੇ ਕਿਸੇ ਨੇ ਕੁਝ ਕਹਿਤਾ ਹੈਗਾ ਤੁਸੀਂ ਉਹ ਚੀਜ਼ ਨੂੰ ਰਿਪੀਟ ਨਾ ਕਰਿਓ, ਕੋਸ਼ਿਸ਼ ਕਰਿਓ, ਅਤੇ ਅੱਜ ਦੇ ਵਿਸ਼ੇ ਦੇ ਉੱਤੇ ਪਲੀਜ਼ ਰਿਹੋ, ਅਤੇ ਇਹ ਵਿਸ਼ੇ ਤੋਂ ਬਾਅਦ ਨਾ ਕੋਈ ਜਾਏ। ਅੱਜ ਦਾ ਵਿਸ਼ਾ ਸਿਰਫ ਅਤੇ ਸਿਰਫ ਇਹ ਹੈਗਾ ਕਿ ਹਰਿੰਦਰ ਸਿੰਘ ਨਰਵੈਰ ਖਾਲਸੇ ਜਥੇ ਦਾ, ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਸਾਰਿਆਂ ਨੇ ਵੀਡੀਓਜ਼ ਵਗੈਰਾ ਦੇਖ ਲਈਆਂ, ਉਹਨਾਂ ਦੇ ਪ੍ਰਚਾਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਉਹੀ ਵਿਸ਼ਾ ਅੱਜ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੋਗਾ ਸਿੰਘ, ਸਤਿਗੁਰ ਦੀ ਸਾਜੀ ਰਵਾਜ਼, ਸਾਧ ਸੰਗਿਓ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਇਲਾਕੇ ਦੇ ਗੁਰਦੁਆਰਿਆਂ ਨੇ, ਸਿੱਖ ਜਥੇਬੰਦੀ ਨੇ ਅੱਜ ਮੀਟਿੰਗ ਬੁਲਾਈ ਸੀ, ਅਤੇ ਤਕਰੀਬਨ ਕਾਫੀ ਗੁਰਦੁਆਰਿਆਂ ਦੇ ਮੁਖੀ, ਸੰਸਥਾਵਾਂ ਦੇ ਮੁਖੀਆਂ ਨੇ ਰਲ ਮਿਲ ਕੇ
ਜੋ ਵਿਚਾਰ ਵਟਾਂਦਰੇ ਕੀਤੇ ਆ ਉਹ ਆਪ ਜੀ ਦੇ ਸਨਮੁਖ ਰੱਖਣਗੇ ਆ। ਅਤੇ ਬੜੀ ਗੰਭੀਰਤਾ ਦੇ ਨਾਲ ਇੱਦਾਂ ਦੇ ਮਸਲੇ ਹੱਲ ਹੁੰਦੇ ਆ, ਹਾਲਾ ਲਾਲਾ ਕਰਕੇ ਜਾਂ ਰੌਲਾ ਰੱਪਾ ਪਾ ਕੇ ਹੱਲ ਨਹੀਂ ਹੁੰਦੇ। ਜਿਹੜੇ ਅਸੀਂ ਵਿਚਾਰ ਕੀਤੇ ਆ ਉਹ ਭਾਈ ਗੁਰਦੀਪ ਸਿੰਘ ਜੀ ਪੰਜਾਬੀ ਵਿੱਚ ਅਤੇ ਕੰਦੋਲਾ ਜੀ ਇੰਗਲਿਸ਼ ਵਿੱਚ ਤੁਹਾਡੇ ਸਨਮੁਖ ਰੱਖਣਗੇ। ਅਤੇ ਨੋਰਮਲੀ ਮੈਂ ਆਪਣੀ ਪਟੀਸ਼ਨ ਕਲੀਅਰ ਕਰ ਦੇਵਾਂ, ਮੈਨੂੰ ਨੋਰਮਲੀ ਨੌਜਵਾਨ ਪੁੱਛਦੇ ਹੁੰਦੇ ਤਾਂ ਫਲਾਣੇ ਬਾਰੇ ਕਿਉਂ ਨਹੀਂ ਕੀਤਾ। ਜਿਹੜਾ ਵੀ ਪ੍ਰਚਾਰਕ ਕੋਈ ਵੀ ਹੋਵੇ, ਕਿਹੜੀ ਵੀ ਮਰਜ਼ੀ ਸੰਸਥਾ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਇਹ ਗਾਈਡਲਾਈਨ ਤੋੜੂਗਾ ਉਹਦੇ ਵਿਰੁੱਧ ਜੇ ਆਪਾਂ ਇਕੱਠੇ ਹੋ ਕੇ ਅੱਜ ਦੀ ਤਰ੍ਹਾਂ ਕੋਈ ਸਟੇਟਮੈਂਟ ਦੇਈਏ, ਆਪਾਂ ਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ, ਆਪਣੀ ਸਟੇਟਮੈਂਟ ਨਾਲ ਹੀ ਮਸਲਾ ਹੱਲ ਹੋ ਜਾਂਦਾ, ਆਪਾਂ ਨੂੰ ਕਿਸੇ ਨਾਲ ਲੜਾਈ ਝਗੜਾ ਕਰਨ ਦੀ ਲੋੜ ਨਹੀਂ। ਸੋ ਮੇਰੀ ਇਹ ਬੇਨਤੀ ਆਪ ਜੀ ਅੱਗੇ, ਇਸ ਤਰ੍ਹਾਂ ਅੱਜ ਕੁਛ ਵਿਚਾਰਾਂ ਕੀਤੇ ਗਏ ਉਹ ਆਪ ਜੀ ਦੇ ਸਨਮੁਖ ਰੱਖਣਗੇ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਦੋਂ ਵੱਡੀਆਂ ਵੀ ਗੱਲਾਂ ਹੋ ਰਹੀਆਂ ਪਰ ਆਪਾਂ ਉਨੀ ਗੱਲ ਕਰੀਏ ਜਿੰਨੀ ਆਪਣੇ ਲਈ ਪੋਸੀਬਲ ਹੈ ਜਾਂ ਜਿੰਨੀ ਆਪਾਂ ਕਰ ਸਕਦੇ ਹਾਂ। ਕਈ ਵਾਰੀ ਆਪਾਂ ਵੱਡੀਆਂ ਗੱਲਾਂ ਕਰਕੇ ਉਹ ਪੂਰੀਆਂ ਨਹੀਂ ਕਰ ਸਕਦੇ, ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਐਵੇਂ ਆਪ ਵੀ ਲੋਕਾਂ ਨੂੰ ਜੋਸ਼ ਵਿੱਚ ਲਿਆ ਕੇ ਉਹ ਕਿਸੇ ਸਿੱਟੇ ਉਹਦਾ ਕੋਈ ਨਿਕਲਦਾ ਨਹੀਂ, ਗੱਲ ਕਿਸੇ ਸਿਰੇ ਨਹੀਂ ਪਹੁੰਚਦੀ। ਸੋ ਬੜੇ ਧੀਰਜ ਨਾਲ ਗੱਲ ਸੁਣਨੀ, ਬੜੇ ਪਿਆਰ ਨਾਲ ਸੁਣਨੀ, ਸਾਰੇ ਆਪਣੇ ਸਿਆਣੇ ਸੱਜਣਾਂ ਰਲ ਮਿਲ ਕੇ ਜੋ ਮਤੇ ਲਿਖੇ ਆਪ ਜੀ ਦੇ ਪੇਸ਼ ਕਰਨਗੇ। ਅਤੇ ਆਪਣੇ ਗੁਰੂ ਘਰਾਂ ਦੀ, ਸਿੱਖ ਸੰਸਥਾਵਾਂ ਦੀ, ਹਰ ਇੱਕ ਸਿੱਖ ਦੀ ਆਪਣੇ ਤੌਰ 'ਤੇ ਜ਼ਿੰਮੇਵਾਰੀ ਬਣਦੀ ਆ। ਜੇ ਆਪਾਂ ਨੂੰ ਲੱਗਦਾ ਕਿਤੇ ਪ੍ਰਚਾਰ ਗਲਤ ਹੋ ਰਿਹਾ, ਸਿੱਖ ਰਾਹਤਾਂ ਦੇ ਅਨੁਕੂਲ ਨਹੀਂ ਹੋ ਰਿਹਾ, ਆਪਾਂ ਨੂੰ ਇਸ ਤਰ੍ਹਾਂ ਦੀ ਪੰਥਕ ਮੀਟਿੰਗ ਸੱਦ ਕੇ ਉਹਦੇ ਵਿੱਚ ਫੈਸਲਾ ਲੈ ਕੇ ਉਹਦੇ ਮੁਤਾਬਕ ਆਪਾਂ ਨੂੰ ਅਗਲਾ ਸਟੈਪ ਚੱਕਣਾ ਚਾਹੀਦਾ। ਜਦੋਂ ਆਪਾਂ ਆਪਣੇ ਆਪਣੇ ਤੌਰ 'ਤੇ ਚੱਕ ਲੈਂਦੇ ਹਾਂ, ਆਪਣੀ ਵਿਰੋਧਤਾ ਜ਼ਿਆਦਾ ਹੋ ਜਾਂਦੀ, ਆਪਣਾ ਮਸਲਾ ਘੱਟ ਹੱਲ ਹੁੰਦਾ। ਮੇਰੀ ਇਹ ਸਾਰਿਆਂ ਅੱਗੇ ਬੇਨਤੀ ਆ, ਕੋਈ ਵੀ ਮਸਲਾ ਹੁੰਦਾ ਮੀਟਿੰਗ ਸੱਦੋ, ਵਿਚਾਰੋ, ਰਲ ਕੇ ਉਹਦਾ ਹੱਲ ਲੱਭੀਏ, ਰਲ ਕੇ ਉਹਦਾ ਆਪਾਂ ਕੋਈ ਮਸਲਾ ਹੱਲ ਕਰ ਸਕਦੇ ਹਾਂ। ਸੋ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਜੋਗਾ ਸਿੰਘ ਜੀ। ਭਾਈ ਅਮਰੀਕ ਸਿੰਘ ਜੀ, ਤੁਸੀਂ ਵੀ ਆਪਣੇ ਵਿਚਾਰ ਦੇ ਦਿਓ ਜੀ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਤੋਂ ਪਹਿਲਾਂ ਗੁਰੂ ਪਿਆਰਿਆਂ ਨੇ ਆਪ ਜੀ ਨਾਲ ਸਾਂਝ ਪਾਈ ਹੈ, ਕਿਉਂਕਿ ਤਕਰੀਬਨ ਜੋ ਕੁਛ ਮਸਲਾ ਇਹ ਹੋਇਆ, ਮੇਰਾ ਨਹੀਂ ਖਿਆਲ ਕੋਈ ਵੀ ਸਿੱਖ ਅੱਜ ਇੱਥੇ ਬੈਠਾ ਹੋਵੇ ਜਾਂ ਕਿਤੇ ਵੀ ਹੋਵੇ ਜਿਹਦੇ ਮਨ ਨੂੰ ਅਥਾਹ ਦੁੱਖ ਸੱਟ ਨਾ ਲੱਗੀ ਹੋਵੇ ਜੋ ਕੁਛ ਸ਼ਬਦਾਵਲੀ ਉਸ ਇਨਸਾਨ ਨੇ ਵਰਤੀ ਹੈ ਉਹ ਕਹਿਣ ਅਤੇ ਕਸਣੀ ਤੋਂ ਮੇਰੇ ਹਿਸਾਬ ਨਾਲ ਕਿਤੇ ਬਾਹਰ ਆ। ਸੋ ਉਹਦੇ ਸੰਬੰਧ ਵਿੱਚ ਜੋ ਆਪ ਜੀ ਨੇ ਵੀ ਅੱਜ ਮੈਂ ਸਮਝਦਾ ਕਿ ਸਾਰੀਆਂ ਹੀ ਸੰਸਥਾਵਾਂ, ਸਾਰੇ ਗੁਰੂ ਘਰ, ਸਾਰੇ ਪਤਵੰਤ ਸੱਜਣ ਇੰਗਲੈਂਡ ਦੇ ਤਕਰੀਬਨ ਕੋਨੇ ਕੋਨੇ ਤੋਂ ਆਪ ਜੀ ਪਹੁੰਚੇ ਹੋ, ਇਹਦਾ ਸਬੂਤ ਹੈ ਕਿ ਗੁਰੂ ਸਾਹਿਬ ਦੀ ਨਿੰਦਾ ਕੋਈ ਸਿੱਖ ਵੀ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਦੋਂ ਉਹਦੇ ਕੰਨ ਵਿੱਚ ਵੀ ਪੈਂਦੀ ਹੈ ਤਾਂ ਉਹਦੇ ਮਨ ਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਗੋਲੀ ਮਾਰੀ ਕਿਸੇ ਨੇ, ਕਿਉਂਕਿ ਗੁਰੂ ਦੀ ਨਿੰਦਾ ਹੈ। ਉਹ ਤਾਂ ਬਹੁਤ ਗੱਲ ਗਾਂਹ ਦੀ ਕਰ ਦਿੱਤੀ ਹੈ। ਸੋ ਅੱਜ ਤੁਸੀਂ ਜੋ ਪਿਆਰ ਨਾਲ ਸਾਰੇ ਇਕੱਤਰ ਹੋ ਕੇ ਇਸ ਮਸਲੇ ਦੇ ਹੱਲ ਲਈ
ਸਾਨੂੰ ਲੱਭਣ ਲਈ ਸਾਰੇ ਆਏ ਹੋ, ਇਹੀ ਹੋਰ ਆਪਣਾ ਕੋਈ ਨਿੱਜੀ ਕਿਸੇ ਦਾ ਸੰਬੰਧ ਨਹੀਂ, ਲੇਕਿਨ ਦਰਦ ਨੂੰ ਲੈ ਕੇ ਸਾਰੇ ਤੁਸੀਂ ਆਏ ਹੋ। ਔਰ ਜੋ ਕੁਛ ਪਾਸ ਵਿੱਚ ਅਸੀਂ ਆਪਣੇ ਤਜਰਬੇ ਤੋਂ ਜੋ ਕੁਛ ਜਿੰਨੀ ਸਾਨੂੰ ਸੋਝੀ ਹੈ ਕਿ ਕਈ ਮਸਲਿਆਂ ਦੇ ਹੱਲ ਕਈ ਵਾਰੀ ਮਿਲ ਬੈਠ ਕੇ ਸੁਚੱਜੇ ਢੰਗ ਨਾਲ ਕੀਤੇ ਜਾਂਦੇ ਆ, ਅਤੇ ਆਪਾਂ ਨੂੰ ਬਹੁਤ ਵੱਡੇ ਉਹ ਕਾਰਜ ਨਹੀਂ ਕਰਨੇ ਪੈਂਦੇ ਜਿੱਥੇ ਆਪਾਂ ਪਾਸਟ ਵਿੱਚ ਜੋ ਕੁਛ ਸੰਤਾਪ ਹੰਢਾਇਆ, ਅਤੇ ਸਾਨੂੰ ਕਈ ਵਾਰੀ ਇਸ ਗੱਲ ਦਾ ਲਾਹਮਾ ਵੀ ਲੈਣਾ ਪੈਂਦਾ ਕਿ ਅਸੀਂ ਕਈਆਂ ਗੱਲਾਂ 'ਚ ਕਮਜ਼ੋਰੀ ਦਿਖਾ ਜਾਂਦੇ ਹਾਂ। ਕਮਜ਼ੋਰੀ ਨਹੀਂ ਤਾਂ ਸਾਨੂੰ ਦੀਦਾ ਹੁੰਦਾ ਕਿ ਇਹ ਫੈਸਲੇ ਜਿਹੜੇ ਆ ਇਹਦੇ ਨਾਲ ਕਿੰਨੇ ਨੌਜਵਾਨ ਹੋਰ ਆਪਾਂ ਗਾਂ, ਕਈਆਂ ਦੀਆਂ ਨੌਕਰੀਆਂ ਜਾਣੀਆਂ, ਕਈਆਂ ਦੇ ਕੰਮ ਜਾਣੇ ਆ, ਕਈਆਂ ਦੇ ਕ੍ਰਿਮੀਨਲ ਰਿਕਾਰਡ ਹੋ ਜਾਣੇ ਆ। ਲੇਕਿਨ ਉੱਥੇ ਆਪਾਂ ਨੂੰ ਬੜਾ ਸੰਜੀਦਗੀ ਨਾਲ ਸੋਚਣਾ ਚਾਹੀਦਾ ਕਿ ਇੱਥੇ ਮੇਰਾ ਲੜਕਾ ਵੀ ਹੋ ਸਕਦਾ, ਮੇਰਾ ਬੱਚਾ ਵੀ ਕਿਸੇ ਦਾ ਭੈਣ ਭਾਈ ਵੀ ਹੋ ਸਕਦਾ। ਸੋ ਇਸ ਕਰਕੇ ਜੋ ਯੋਗਾ ਸਿੰਘ ਨੇ ਗੱਲ ਕਹੀ ਆ, ਔਰ ਸਾਡਾ ਕਈ ਵਾਰੀ ਤਜਰਬਾ ਹੋਇਆ ਕਈ ਮਸਲਿਆਂ 'ਤੇ ਅਸੀਂ ਸਧਾਰਨ ਤੌਰ 'ਤੇ ਜਾ ਕੇ ਪ੍ਰਬੰਧਕਾਂ ਕੋਲ ਗਏ ਹਾਂ, ਔਰ ਉਹ ਮਸਲੇ ਜਿਹੜੇ ਉਹ ਅੜੇ ਬੈਠੇ ਸੀਗੇ। ਲੰਡਨ ਦੀ ਇਸ ਦੀ ਗੱਲ ਆ, ਉੱਥੇ ਪ੍ਰੋਗਰਾਮ ਲਾ ਦਿੱਤਾ ਸੀ, ਅਸੀਂ ਪੰਜ ਸੱਤ ਸਿੰਘ ਉਹਨਾਂ ਕੋਲ ਗਏ, ਜਾ ਕੇ ਬੜੇ ਅੜੇ ਬੈਠੇ ਸੀਗੇ, ਨੌਜਵਾਨ ਵੀ ਅੜੇ ਬੈਠੇ ਸੀ, ਉਹ ਵੀ ਅੜੇ ਬੈਠੇ ਸੀ। ਉਹਨਾਂ ਨੂੰ ਪਿਆਰ ਨਾਲ ਬੇਨਤੀ ਕੀਤੀ ਵੀ ਸਾਡੀ ਮਿਹਨਤ ਹੀ ਆ ਭਾਈ, ਠੀਕ ਹੈ, ਤੁਸੀਂ ਗੁਰੂ ਕਰਦੇ, ਤੁਸੀਂ ਪ੍ਰੀਸ ਵੀ ਸਾਥ ਦਿੰਦੇ, ਤੁਸੀਂ ਬਹੁਤ ਕੁਛ ਕਰ ਸਕਦੇ ਹਾਂ, ਪਰ ਅਸੀਂ ਪੰਥਕ ਤੌਰ 'ਤੇ ਤੁਹਾਡੀ ਬੇਨਤੀ ਕਰਦੇ ਹਾਂ ਵੀ ਤੁਸੀਂ ਪ੍ਰੋਗਰਾਮ ਕੈਂਸਲ ਕਰ ਦਿਓ। ਉਹਨੇ ਕੈਂਸਲ ਕਰ ਦਿੱਤਾ, ਨੌਜਵਾਨ ਵੀ ਨਹੀਂ ਗਿਆ, ਕੰਮ ਵੀ ਹੋ ਗਿਆ, ਅਤੇ ਨੌਜਵਾਨ ਵੀ ਲੜਾਈ ਝਗੜੇ ਤੋਂ ਬਚ ਗਏ। ਸੋ ਅੱਜ ਜੋ ਤੁਸੀਂ ਸਾਰਿਆਂ ਨੇ ਇਕੱਤਰ ਹੋ ਕੇ ਉਹ ਗੱਲ ਉਹਦੀ ਜਿਹੜੀ ਹੈ ਉਹਨੂੰ ਆਪਾਂ ਇਸ ਢੰਗ ਨਾਲ ਰੋਕਣਾ ਕਿ ਇਹ ਬਿਮਾਰੀ ਜਿਹੜੀ ਹੈਗੀ ਇਹਦੀ ਜੜ ਪੂਰੀ ਤਰ੍ਹਾਂ ਪੱਟੀ ਜਾਵੇ। ਕੋਈ ਵੀ ਜੇ ਕੋਈ ਆਪਾਂ ਕੁਛ ਵੀ ਸਿੰਘ, ਮੈਂ ਜਦੋਂ ਮੀਟਿੰਗ ਰੱਖੀ ਮੈਂ ਇਹ ਕਿਹਾ ਆਪਣੇ ਸਾਰੀਆਂ ਸੰਸਥਾਵਾਂ ਆਉਣੀਆਂ ਚਾਹੀਦੀਆਂ, ਸਾਰਿਆਂ ਨੂੰ ਪਤਾ ਕੀਤਾ ਵੀ ਸਾਰੇ ਆ ਰਹੇ ਆ, ਨਿੱਜੀ ਤੌਰ 'ਤੇ ਵੀ ਕੁਛ ਵੀਰਾਂ ਨੂੰ ਜਿਹੜੇ ਸਾਡੇ ਸੰਪਰਕ ਵਾਲੇ ਆ, ਅਸੀਂ ਕਿ ਆਪਣੇ ਵਿੱਚ ਮਤਭੇਦ ਰਹਿਣੇ ਵੀ ਆ ਅਤੇ ਹੈ ਵੀ, ਅਤੇ ਇਹਨਾਂ ਦਾ ਕਈ ਵਾਰੀ ਹੱਲ ਵੀ ਨਹੀਂ, ਇਹ ਗੁਰੂ ਦੀ ਗੱਲ ਹੈ ਭਾਈ। ਇੱਥੇ ਸਾਰੀਆਂ ਗੱਲਾਂ ਆਪਾਂ ਵੱਖ ਰੱਖ ਕੇ ਇਹਦਾ ਹੱਲ ਲੱਭਣਾ, ਤਾਂ ਕਿ ਕੋਈ ਵੀ ਨਿੰਦਕ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਹੀਆ ਨਾ ਕਰੇ। ਸੋ ਆਪ ਸਾਰਿਆਂ ਦਾ ਅਤਿ ਧੰਨਵਾਦ ਆ। ਮੈਂ ਸਮਝਦਾ ਕੋਈ ਸ਼ਬਦ ਨਹੀਂ, ਜਦੋਂ ਮੈਂ ਸਾਰਿਆਂ ਵੀਰਾਂ ਨੂੰ ਦੇਖਿਆ ਤਾਂ ਮੈਂ ਸਮਝਿਆ ਤੁਹਾਡਾ ਹੱਲ ਹੋ ਗਿਆ, ਕਿਉਂਕਿ ਤੁਹਾਡਾ ਮਿਲ ਬੈਠਣਾ ਹੀ ਜਿਹੜਾ ਹੈਗਾ ਉਹ ਹੀ ਹੱਲ ਹੈ। ਜਦੋਂ ਆਪਾਂ ਮਿਲ ਬੈਠਦੇ ਨਹੀਂ, ਮਿਲ ਵੇ ਕੀ ਮਹਿਮਾ ਕਹੀ ਨਾ, ਜਦੋਂ ਮਿਲ ਕੇ ਹੀ ਬੈਠ ਜਾਂਦੇ ਉਹਦੀ ਕੋਈ ਮਹਿਮਾ ਨਹੀਂ, ਉਹਦੇ ਹੱਲ ਹੀ ਕੋਈ ਨਹੀਂ ਹੈਗੀ, ਕਿਉਂਕਿ ਉਹਦੇ ਵਿੱਚੋਂ ਹੀ ਸਾਰਾ ਕੁਛ ਨਿਕਲ ਆਉਂਦਾ। ਜਦੋਂ ਦੁੱਬਦਾ ਆ ਤਾਂ ਉਹਦੇ ਵਿੱਚ ਭਾਵਾਂ ਆਪਾਂ ਹੱਲ ਲੱਭ ਹੀ ਲਈਏ, ਪਰ ਜੇ ਸਾਡੇ ਭਰਾ ਦੋ ਚਾਰ ਉਹਦੇ ਨਾਲ ਸਹਿਮਤੀ ਨਾ ਹੋਣ, ਆਪਾਂ ਨੂੰ ਮਿਹਨਤ ਵਾਲਾ ਕਰਕੇ ਵੀ ਸਾਰਿਆਂ ਨੂੰ ਜਦੋਂ ਸਹਿਮਤ ਕਰ ਲਈਦਾ ਤਾਂ ਸਮਝ ਲਓ ਹੱਲ ਲੱਭ ਜਾਂਦੇ ਆ, ਤਾਂ ਨੁਕਸਾਨ ਬੜੇ ਘੱਟ ਹੁੰਦੇ ਆ। ਸੋ ਇਸ ਕਰਕੇ ਜੋ ਵੀ ਸਾਰੇ ਵੀਰਾਂ ਨੇ ਬੜਾ ਤਕਰੀਬਨ ਘੰਟਾ ਦੋ ਘੰਟੇ ਲਾ ਕੇ, ਕਿਉਂਕਿ ਕਈ ਵਾਰੀ ਇੱਥੇ ਬੜਾ ਔਖਾ ਹੋ ਜਾਂਦਾ, ਇਸ ਕਰਕੇ ਇਹ ਨਾ ਸਮਝੋ ਵੀ ਲਓ ਵੀ ਕਈ ਵਾਰੀ ਇੱਦਾਂ ਦੀ ਵੀ ਗੱਲ ਆ ਜਾਂਦੀ ਆ, ਲਓ ਜੀ ਸੰਗਤਾਂ ਨੂੰ ਤਾਂ ਸੱਦ ਲੈਂਦੇ ਆ, ਕਿਉਂਕਿ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਸਾਡੇ ਨਾਲ ਪਾਸਟ ਵਿੱਚ ਹੁੰਦੀਆਂ, ਹਾਲ ਤਾਂ ਇਹ ਦੋ ਚਾਰ ਬੰਦੇ ਜੀ ਆ ਕੇ ਕਰਕੇ ਸੁਣਾ ਦਿੰਦੇ ਆ, ਉਹ ਭਾਈ ਮੇਰੀ ਬੇਨਤੀ ਇਹ ਗੱਲ ਨਹੀਂ ਹੁੰਦੀ। ਕਈ ਵਾਰੀ ਇੱਥੇ ਜੇ ਆਪਾਂ ਹੁਣ ਸਾਰੀ ਗੱਲ ਲਿਖਣ ਲੱਗ ਪਈਏ ਦੋ ਚਾਰ ਘੰਟੇ ਛੇ ਘੰਟੇ ਲੱਗੇ ਰਹਾਂਗੇ, ਕਈ ਵਾਰੀ ਮਤੇ ਬਣਦੇ ਨਹੀਂ। ਸੋ ਇਸ ਕਰਕੇ ਕੋਈ ਇਹ ਨਾ ਸਮਝੋ ਕੋਈ ਬਣਾ ਕੇ ਕੋਈ ਚੀਜ਼ ਲਿਆਂਦੀ ਕਿਸੇ ਨੇ ਘਰੋਂ ਲਿਆਂਦੀ ਆ, ਕਿਸੇ ਦੇ ਨਹੀਂ, ਸਿਰਫ ਇੱਕ ਸੇਧ ਜੇ ਕੀਤੀ ਆ ਤਾਂ ਕਿ ਇੱਥੇ ਆਪਾਂ ਨੂੰ ਉਹ ਕੰਮ ਜਿਹੜਾ ਹੈਗਾ ਪਾਸ ਕਰਾਉਣ ਲਈ ਸਾਰਿਆਂ ਤੋਂ ਸੰਗਤ ਦੀ ਅਪਰੂਵਲ ਲੈਣ ਲਈ ਮਹਾਰਾਜ ਹਜ਼ੂਰ ਉਹ ਗੱਲ ਦੀ ਸੌਖ ਹੋ ਜਾਵੇ। ਕਿਸੇ ਦਾ ਨਿੱਜੀ ਕੋਈ ਗੱਲ ਨਹੀਂ, ਕਿਸੇ ਦਾ ਕੋਈ ਕਿਸੇ ਨਾਲ ਉਹ ਸਵਾਰਥ ਨਹੀਂ, ਸਿਰਫ ਉਹ ਸਾਰੀ ਗੱਲ ਨੂੰ ਦੋ ਢਾਈ ਘੰਟੇ ਸਾਰੇ ਸਿਆਣੇ ਸਿਆਣੇ ਜਿਹੜੇ ਤਜਰਬੇ ਵਾਲੇ ਸਿੰਘ ਸੀ, ਬੁੱਧੀਜੀਵੀ ਸੀ, ਸਾਰਿਆਂ ਨੇ ਕਾਨੂੰਨੀ ਪੱਖ ਨੂੰ ਵੀ ਦੇਖ ਕੇ ਜੋ ਕੁਛ ਸਾਰਾ ਕੁਛ ਉਹ ਲਿਖ ਕੇ ਤੁਹਾਡੇ ਲਈ ਤਿਆਰ ਕੀਤਾ, ਉਹ ਸਾਰੀ ਦੇਖਣੀ। ਉਹਦੇ ਉੱਤੇ ਬਾਵਜੂਦ ਵੀ ਆਪ ਜੀ ਨੂੰ ਪੂਰਾ ਹੱਕ ਆ, ਉਹਦੇ ਵਿੱਚੋਂ ਕੋਈ ਤਬਦੀਲੀ ਕਿਸੇ ਦੇ ਮਨ ਨੂੰ ਲੱਗੇ ਵੀ ਆਹ ਗੱਲ ਇੱਦਾਂ ਹੈਗੀ ਆ, ਕੋਈ ਉਹਦੀ ਨਹੀਂ, ਉਹ ਕੋਈ ਇਹ ਨਹੀਂ ਵੀ ਉਹ ਧਰ ਤੋਂ ਕੋਈ ਅਲਹਾਮ ਹੋ ਗਿਆ ਕਿ ਉਹਦੇ ਚੇਂਜ ਨਹੀਂ ਹੋਣੀ, ਨਹੀਂ,
ਉਹ ਸਿਰਫ ਇਸ ਕਰਕੇ ਇੱਕ ਸੇਧ ਜੀ ਕਰਕੇ ਉਹ ਜੋ ਹੈ ਉਹ ਗੁਰੂ ਪਿਆਰਿਆਂ ਨੇ ਤੁਹਾਡੇ ਚਰਨਾਂ ਵਿੱਚ ਪੇਸ਼ ਕਰਨੀ ਆ। ਔਰ ਮੇਰੇ ਕੋਲ ਅਜਿਹੇ ਸ਼ਬਦ ਨਹੀਂ, ਮੈਂ ਤਾਂ ਮੇਰਾ ਮਨ ਕਹਿੰਦਾ ਕਿ ਇਕੱਲੇ ਇਕੱਲੇ ਦੇ ਚਰਨ ਛੂਹੀਏ। ਤੁਸੀਂ ਸਾਰਿਆਂ ਨੇ ਗੁਰੂ ਦੀ ਗੱਲ ਨੂੰ ਇੰਨਾ ਦਿਲ ਨਾਲ ਲਾ ਕੇ ਸਾਰੇ ਪਹੁੰਚੇ ਹਾਂ, ਸਾਰੇ ਮਤਭੇਦ ਭੁਲਾ ਕੇ, ਅਤੇ ਇਹ ਸਮਝੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਮਸਲੇ ਆਪਣੇ ਲਈ ਕਦੀ ਵੱਡੇ ਨਹੀਂ ਹੋਣਗੇ ਜੇ ਆਪਾਂ ਇਹੋ ਜਿਹੀ ਏਕਤਾ, ਇਹੋ ਜਿਹਾ ਪਿਆਰ, ਇਹੋ ਜਿਹਾ ਸਤਿਕਾਰ ਆਪਾਂ ਸ਼ੋ ਕਰੀਏ, ਅਤੇ ਸਾਰੇ ਮਸਲਿਆਂ ਦੇ ਹੱਲ ਸਤਿਗੁਰੂ ਆਪ ਲੱਭਣਗੇ। ਇਹਨੇ ਸੋ ਇੰਨੇ ਸ਼ਬਦਾਂ ਨਾਲ ਉਚੇਚੇ ਤੌਰ 'ਤੇ ਮੈਂ ਗੁਰੂ ਘਰ ਦੇ ਪ੍ਰਬੰਧਕਾਂ ਦਾ ਭਾਈ ਦਇਆ ਸਿੰਘ ਜੀ, ਉਹਨਾਂ ਦੀ ਮਿੱਠੀ ਪਿਆਰੀ ਜਿਹੜੀ ਸੋਚ ਆ, ਉਹਨਾਂ ਦੇ ਵਿੱਚ ਜੋ ਨਿਮਰਤਾ ਆ, ਉਸ ਗੱਲ ਨਾਲ ਹੀ ਇਹ ਹਰ ਇੱਕ ਬੰਦੇ ਨੂੰ ਕੀਲ ਕਰ ਲੈਂਦੇ ਆ। ਸੋ ਸਾਰੇ ਮਹਿਲਾਂ ਦੇ ਸਾਰੇ ਗੁਰਦੁਆਰਿਆਂ ਨੂੰ, ਫਿਰ ਸਾਰੀ ਇੰਗਲੈਂਡ ਦੇ ਸੰਗਤਾਂ ਨੂੰ ਉਹਨਾਂ ਨੇ ਪਿਆਰ ਨਾਲ ਸੱਦਾ ਦਿੱਤਾ, ਅਤੇ ਸਾਰੇ ਤੁਸੀਂ ਪਹੁੰਚੇ ਹੋ। ਬਹੁਤ ਧੰਨਵਾਦ ਜੀ ਉਹਨਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਮੇਰੇ ਕੋਲ ਕੁਝ ਨਾਮ ਹੈਗੇ ਨੇ, ਅਤੇ ਮੈਂ ਪਹਿਲਾਂ ਹੀ ਪੜ੍ਹ ਦਿੰਦਾ। ਅਗਰ ਕਿਸੇ ਹੋਰ ਨੇ ਬੋਲਣਾ ਹੋਵੇ ਤਾਂ ਤੁਸੀਂ ਪਲੀਜ਼ ਇੱਥੇ ਆ ਕੇ ਆਪਣਾ ਨਾਮ ਲਿਖਾ ਦਿਓ। ਅਤੇ ਕੋਸ਼ਿਸ਼ ਇਸ ਤਰ੍ਹਾਂ ਹੈਗੀ ਆ ਕਿ ਆਪਾਂ 3:45 ਤੀਕਰ ਜਿਹੜੇ ਬੁਲਾਰੇ ਹੈਗੇ ਆ ਜਾਂ ਸਪੀਚਿਸ ਹੈਗੀਆਂ ਫਿਨਿਸ਼ ਕਰਕੇ, ਫਿਰ 15 ਮਿੰਟਾਂ ਦੇ ਵਿੱਚ ਆਪਾਂ ਰੈਜੋਲਿਊਸ਼ਨਸ ਕਰੀਏ। ਅਗਰ ਕਿਸੇ ਨੇ ਬਹੁਤਾ ਨਹੀਂ ਬੋਲਣਾ, ਫਿਰ ਆਪਾਂ ਰੈਜੋਲਿਊਸ਼ਨ 'ਤੇ ਉਦੋਂ ਛੇਤੀ ਆ ਸਕਦੇ ਹਾਂ। ਸੋ ਤੁਹਾਡੀ ਖੁਸ਼ੀ ਹੈਗੀ ਹੈ, ਤਾਂ ਮੇਰੇ ਕੋਲ ਨਾਮ ਹੈਗਾ ਭਾਈ ਚਰਨ ਸਿੰਘ। ਗੁਰੂ ਕੇ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ, ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਗਜਾ ਕੇ ਰਸਨਾ ਪਵਿੱਤਰ ਕਰੀਏ, ਵੱਡੇ ਭਾਗਾਂ ਵਾਲੇ ਬਣੀਏ, ਗੱਜ ਵੱਜ ਕੇ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜੋ ਸਮਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਸਮੇਂ ਤੋਂ ਚੱਲਿਆ, ਜਦੋਂ ਕੋਈ ਐਸੀ ਗੁਰੂ ਘਰ ਦੇ ਉੱਤੇ ਹਮਲੇ ਹੋਏ ਆ ਅਤੇ ਗੁਰੂ ਕੇ ਸਿੱਖ ਜਿਹੜੇ ਸੀ ਉਹ ਇਕੱਤਰ ਹੁੰਦੇ ਰਹੇ ਆ। ਬਹੁਤ ਵੱਡਾ ਇਤਿਹਾਸ ਮਿਸਲਾਂ ਦਾ ਆਪਣੇ ਪਾਸ, ਕਿ ਮਿਸਲਾਂ ਆਪੇ ਆਪੋ ਆਪਣੇ ਇਲਾਕੇ ਨੂੰ ਥੋੜ੍ਹਾ ਬਹੁਤਾ ਵਧਾਉਣ ਘਟਾਉਣ ਲਈ ਕਈ ਵਾਰੀ ਲੜਦੇ ਵੀ ਰਹੇ ਆ। ਪਰ ਜਿਸ ਵੇਲੇ ਮੁਗਲਾਂ ਦਾ ਹਮਲਾ ਹੁੰਦਾ ਸੀ, ਕੋਈ ਵੀ ਜਾਵਰ ਚੜ੍ਹ ਕੇ ਆਉਂਦਾ ਸੀ ਅਤੇ ਸਾਰੀਆਂ ਮਿਸਲਾਂ ਇਕੱਤਰ ਹੋ ਕੇ ਉਸ ਦਾ ਮੁਕਾਬਲਾ ਕਰਨ ਵਾਸਤੇ ਆਪਣੀਆਂ ਸ਼ਹੀਦੀਆਂ ਦਿੰਦੀਆਂ ਸੀ, ਡਟ ਕੇ ਮੁਕਾਬਲਾ ਕਰਦੀਆਂ ਸੀ। ਸੋ ਇਸ ਕਰਕੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਕਾਫੀ ਲੰਮੇ ਸਮੇਂ ਤੋਂ ਇਹ ਪੰਥ ਵਿਰੋਧੀ ਆਪਣੀਆਂ ਹਰਕਤਾਂ ਕਰਦਾ ਆ ਰਿਹਾ ਸੀ, ਹੌਲੀ ਹੌਲੀ ਇਹਨਾਂ ਨੇ ਆਪਣਾ ਵਾਧਾ ਕਰ ਲਿਆ। ਅਤੇ ਆ ਹਰਿੰਦਰ ਸਿੰਘ ਜੀ ਦੀ ਗੱਲ ਤੁਸੀਂ ਕਰਦੇ ਆ, ਇੰਗਲੈਂਡ ਦੇ ਵਿੱਚ ਇਹਨਾਂ ਨੇ ਆ ਕੇ ਇੱਥੋਂ ਤੱਕ ਜਿਵੇਂ ਭਾਈ ਜਸਵੰਤ ਸਿੰਘ ਜੀ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਦੇ ਕੇਸਾਂ ਨੂੰ ਹੀ ਹੱਥ ਪਾ ਲਿਆ। ਇਸ ਤੋਂ ਪਰੇ ਹੋਰ ਕੁਛ ਨਹੀਂ, ਜਿਵੇਂ ਕਹਿੰਦੇ ਮੁਸਲਮਾਨ ਲਈ ਮੱਕਿਓਂ ਪਰੇ ਉਜਾੜ, ਅਤੇ ਸਿੱਖ ਵਾਸਤੇ ਵੀ ਇਸ ਵਾਸਤੇ ਇਹਦੋਂ ਪਰੇ ਕੋਈ ਥਾਂ ਨਹੀਂ ਹੈ, ਉਜਾੜ ਹੀ ਹੈ। ਸੋ ਸਾਰੇ ਸਿੰਘਾਂ ਨੇ ਰਲ ਮਿਲ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮੁੱਖ ਰੱਖਦਿਆਂ ਹੋਇਆਂ, ਸਾਡੇ ਗੁਰੂ ਸਾਹਿਬਾਨਾਂ ਨੂੰ ਮੁੱਖ ਰੱਖਦਿਆਂ ਹੋਇਆਂ, ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਇਹ ਜੋ ਇਸ ਵੇਲੇ ਯੋਗ ਕਾਰਵਾਈ ਬਣਦੀ ਸੀ, ਕਿਉਂਕਿ 2-3 ਵਾਰੀ ਉਹਨਾਂ ਨੂੰ ਇਸ ਗੱਲ ਤੋਂ ਰੋਕਣ ਤੋਂ ਬਾਅਦ ਵੀ ਉਹਨਾਂ ਨੇ ਐਲਾਨਨਾਮਾ ਇਹੀ ਕੀਤਾ ਵੀ ਅਕਾਲ ਤਖਤ ਸਾਹਿਬ ਨੇ ਸਾਨੂੰ ਛੇਕਣਾ ਤਾਂ ਛੇਕ ਦੇਵੇ। ਜੇਕਰ ਕੋਈ ਐਡਾ ਵੱਡਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਇਆ, ਭਾਵੇਂ ਉਹ ਦਿੱਲੀ ਦਾ ਤਖਤ ਆ ਗਿਆ, ਭਾਵੇਂ ਉਹ ਕਾਬਲ ਦਾ ਤਖਤ ਆ ਗਿਆ, ਕੋਈ ਵੀ ਤਖਤ ਆ ਗਿਆ, ਖਾਲਸੇ ਨੇ ਬੜੀ ਘੱਟ ਗਿਣਤੀ ਪਰ 125,000 ਨਾਲ ਇੱਕ ਲੜਨ ਵਾਲੇ ਆਪਣੇ ਗੁਰੂ 'ਤੇ ਵਿਸ਼ਵਾਸ ਕਰਨ ਵਾਲਿਆਂ ਨੇ
ਉਹਨਾਂ ਦੇ ਨਾਲ ਮੱਥਾ ਲਾਇਆ ਅਤੇ ਜਿੱਤ ਪ੍ਰਾਪਤ ਕੀਤੀ। ਅੱਜ ਵੀ ਤੁਸੀਂ ਸਾਰਿਆਂ ਨੇ ਰਲ ਕੇ ਜੋ ਗੁਰੂ ਮਹਾਰਾਜ ਦਾ ਬਚਨ ਮੰਨਦਿਆਂ ਹੋਇਆਂ, ਸਾਰੇ ਸਿੰਘਾਂ ਨੇ ਗੁਰੂ ਸਾਹਿਬ ਨਾਲ ਪ੍ਰੇਮ ਦਿਖਾਲਦਿਆਂ ਹੋਇਆਂ ਜੋ ਤੁਸੀਂ ਵਿਚਾਰਾਂ ਕੀਤੀਆਂ, ਤੁਸੀਂ ਵੀ ਅੱਜ ਬੈਰੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਸਤਿਕਾਰਯੋਗ ਸਾਰੀਆਂ ਜਥੇਬੰਦੀਆਂ, ਜਿਵੇਂ ਭਾਈ ਜੋਗਾ ਸਿੰਘ ਹੋਣੀ ਬੈਠੇ, ਭਾਈ ਅਮਰੀਕ ਸਿੰਘ ਹੋਣੀ ਬੈਠੇ ਆ, ਕਿਉਂਕਿ ਜਦੋਂ ਵੱਡੀਆਂ ਜਥੇਬੰਦੀਆਂ ਮੋਹਰੇ ਲੱਗਦੀਆਂ ਅਤੇ ਉਹਦੇ ਨਾਲ ਸੰਗਤ ਵੀ ਪ੍ਰਭਾਵਿਤ ਹੋ ਕੇ ਸੁਣਨਾ ਚਾਹੁੰਦੀ ਆ ਕਿ ਹਾਂ ਕੋਈ ਗੱਲ ਹੈ, ਬੜੀ ਚੰਗੀ ਗੱਲ ਮਹਾਰਾਜ ਨੇ ਕਿਰਪਾ ਕੀਤੀ, ਅਰਦਾਸ ਬਹੁਤਾ ਇਸ ਪਾਸੇ ਨਾ ਜਾਵੇ ਕਿ ਅਸੀਂ ਜੋ ਅੱਜ ਦਾ ਮਸਲਾ ਹੈ, ਆਪਣੇ ਵਿੱਚ ਬਹੁਤ ਮਸਲੇ ਆ ਜਿਵੇਂ ਭਾਈ ਜੋਗਾ ਸਿੰਘ ਨੇ ਕਿਹਾ, ਉਹਨਾਂ ਸਾਰੇ ਮਸਲਿਆਂ ਨੂੰ ਬਹਿ ਕੇ ਹੀ ਅਸੀਂ ਵਿਚਾਰ ਸਕਦੇ ਹਾਂ, ਪ੍ਰੇਮ ਦੇ ਨਾਲ ਇੱਕ ਦੂਸਰੇ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਹੱਲ ਕਰ ਸਕਦੇ ਹਾਂ। ਸਾਡੇ ਕੋਲ ਬੜਾ ਵੱਡਾ ਇਤਿਹਾਸ, ਸਾਡੇ ਕੋਲ ਗੁਰਬਾਣੀ, ਸਾਡੇ ਕੋਲ ਗ੍ਰੰਥ ਹੈ, ਸਾਡੇ ਗੁਰੂ ਸਾਹਿਬਾਨਾਂ ਦੇ ਲਿਖੇ ਹੋਏ, ਅਤੇ ਆਪਾਂ ਉਹ ਮਸਲੇ ਹੱਲ ਕਰ ਸਕਦੇ ਹਾਂ, ਬਹੁਤ ਸੌਖੇ ਹੱਲ ਕਰ ਸਕਦੇ ਹਾਂ। ਇਹ ਅਰਦਾਸ ਦੇ ਮਨ ਦੀ ਭਾਵਨਾ ਹੈ। ਗੁਰੂ ਸਾਹਿਬ ਨੇ ਕੋਈ ਮਸਲਾ ਕਦੇ ਅੜਿਆ ਨਹੀਂ ਰਹਿਣ ਦਿੱਤਾ, ਅਸੀਂ ਸਿੱਖ ਬਣ ਕੇ ਉਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹੋਈਏ। ਦਾਸ ਕਿਵਾਂ ਮੰਗਦਾ ਸਾਰਿਆਂ ਦਾ, ਇਹਨਾਂ ਜਥੇਦਾਰਾਂ ਦਾ, ਸਾਰੇ ਗੁਰੂ ਘਰ ਦੇ ਪ੍ਰਬੰਧਕਾਂ ਦਾ, ਖਾਸ ਤੌਰ 'ਤੇ ਇੱਥੇ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਦੇ ਪ੍ਰਬੰਧਕ ਜਿਹਨਾਂ ਨੇ ਉਪਰਾਲਾ ਕੀਤਾ, ਸਾਰਿਆਂ ਨੂੰ ਬੁਲਾਇਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਡਾ ਧੰਨਵਾਦ ਗੁਰੂ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨਾਂ ਨੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੀ ਹੈ ਕਿ ਤੁਸੀਂ ਇੰਨਾ ਕੁਝ ਕਹਿੰਦਿਆਂ ਹੋਇਆਂ ਵੀ ਜੇ ਸੁਣੀ ਜਾਂਦੇ ਹਾਂ ਤਾਂ ਫਿਰ ਸਿੱਖ ਸਾਡੇ ਕਿੱਦਾਂ ਦੇ ਰਹਿ ਗਏ। ਸੋ ਇਸ ਕਰਕੇ ਸਾਰਿਆਂ ਨੇ ਫੈਸਲਾ ਲੈ ਕੇ ਇਹ ਇੱਕ ਅੱਜ ਦਾ ਜਿਹੜਾ ਫੈਸਲਾ ਤੁਹਾਡਾ, ਜਿਹੜੇ ਤੁਹਾਡੇ ਵਿਚਾਰ ਹੈ, ਦਾਸ ਦੇ ਮਨ ਦੀ ਭਾਵਨਾ ਕਿ ਇੱਕ ਇਤਿਹਾਸਕ ਬਣ ਕੇ ਨਿਬੜਨਗੇ ਆਉਣ ਵਾਲੇ ਬੜੇ ਲੰਬੇ ਸਮੇਂ ਵਾਸਤੇ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਫਿਰ ਦੁਬਾਰਾ ਸਾਰੇ ਸਿੰਘਾਂ ਦਾ ਧੰਨਵਾਦ ਦਾਸ ਕਰਦਾ। ਆਪਾਂ ਕਿਸੇ ਨੂੰ ਮਿੱਤਰ ਨਾ ਸਮਝੀਏ, ਆਪਾਂ ਕਿਸੇ ਨੂੰ ਬੈਰੀ ਨਾ ਸਮਝੀਏ, ਕਿਉਂਕਿ ਸਾਡਾ ਖਾਲਸੇ ਦਾ ਬੈਰੀ ਨਹੀਂ, ਪਰ ਜਦੋਂ ਗੁਰੂ ਕੀ ਗੱਲ ਆ ਜਾਂਦੀ ਆ ਤਾਂ ਗੁਰੂ ਕਾ ਵਿਰੋਧੀ ਸਾਡਾ ਕੋਈ ਮਿੱਤਰ ਨਹੀਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਕਹਾਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪਣੇ ਜਿਹੜੇ ਨੈਕਸਟ ਬੁਲਾਰੇ ਹੈਗੇ ਸਰਦਾਰ ਪਰਮਿੰਦਰ ਸਿੰਘ ਪਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜੇ ਗੁਰੂ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੈਸੇ ਬਹੁਤਾ ਵਿਚਾਰ ਨਹੀਂ ਆਪਣੇ ਰੱਖਣੇ, ਮੈਂ ਤਾਂ ਇੱਕ ਪ੍ਰੋੜਤਾ ਹੀ ਕਰਨਾ ਖੜ੍ਹਾ ਹੋਇਆ। ਦੇਖੋ ਜਦੋਂ ਭਾਈ ਸਾਹਿਬ ਨੇ ਗੱਲ ਕੀਤੀ ਆ ਪੁਰਾਤਨ ਇਤਿਹਾਸ ਦੀ, ਆ ਤਕਰੀਬਨ ਇਸ ਸਦੀ ਦੇ ਵਿੱਚ ਚੱਲਦਾ ਚੱਲਦਾ ਗੁਰਬਚਨ ਦੇ ਨਰਕਧਾਰੀ ਤੱਕ ਆਇਆ, ਫਿਰ ਸਿੱਸੇ ਸਾਹ ਤੱਕ ਪਹੁੰਚਿਆ। ਇਹ ਸਾਡੀ ਕੌਮ ਦੀ ਹਾਲਤ ਨੂੰ ਦੇਖ ਕੇ ਇਹ ਲੋਕ ਸਾਡਾ ਪਿੱਛਾ ਕਰ ਰਹੇ ਹਨ। ਇਸ ਹਰਿੰਦਰ ਸਿੰਘ ਦੇ ਜਿਨ੍ਹਾਂ ਨੇ ਵੀਡੀਓ ਸੁਣੀ ਹੈ ਉਹਦੇ ਵਿੱਚ ਉਸਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਵੀ ਇਹ ਮੈਨੂੰ ਕੱਢ ਲੈਣ, ਮੈਂ ਫਿਰ ਵੀ ਇਹੀ ਕਰਾਂਗਾ। ਤੁਸੀਂ ਫੈਸਲਾ ਜੋ ਸਟੇਜਾ ਲੈਣਾ ਹੈ, ਜੋ ਜਾਂ ਤੁਸੀਂ ਸੋਚ ਵਿਚਾਰ ਕੀਤੀ ਹੈ, ਮੇਰੀ ਉੱਤੇ ਪਿਛਲੇ ਤਜ਼ਰਬੇ ਦੇ ਹਿਸਾਬ ਨਾਲ ਇੱਕ ਚੀਜ਼ ਜਿਹੜੀ ਹੈ, ਜਿੱਦਾਂ ਸਾਰਿਆਂ ਬੰਦਿਆਂ ਨੇ ਆਪੋ ਆਪਣਾ ਵਿਚਾਰ ਦਿੱਤੇ ਹਨ, ਉਹ ਇਹ ਹੈ ਕਿ ਇਹ ਫੈਸਲਾ ਬਿਲਕੁਲ ਟਾਈਪ ਹੋ ਕੇ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਹਰ ਗੁਰੂ ਘਰ ਦੇ ਦਫ਼ਤਰ ਦੇ ਵਿੱਚ ਪ੍ਰਿੰਟਡ ਪਹੁੰਚਣਾ ਚਾਹੀਦਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਮਤ ਭੁੱਲਿਓ ਪਿਛਲੇ ਤਜਰਬੇ ਦੇ ਵਿੱਚ ਦੀ, ਅਸੀਂ ਜਦੋਂ ਕੋਈ ਜਥਾ ਜਾਂ ਕੋਈ ਇੱਦਾਂ ਦਾ ਕੋਈ ਅਖੌਤੀ ਪ੍ਰਚਾਰਕ ਸਟੇਜ 'ਤੇ ਲੱਗਾ ਹੁੰਦਾ ਹੈ ਤਾਂ ਸਾਨੂੰ ਹਫੜਾ ਦਫੜੀ ਪੈਂਦੀ ਹੈ, ਅਸੀਂ ਬੰਦੇ ਇਕੱਠੇ ਕਰਦੇ ਹਾਂ, ਕਿਸੇ ਨੂੰ ਗੁੱਸੇ ਕਰਦੇ ਹਾਂ, ਕਿਸੇ ਨੂੰ ਅਸੀਂ ਖੁਸ਼ ਕਰਦੇ ਹਾਂ, ਅਤੇ ਇਹਦੇ ਵਿੱਚੋਂ ਸਾਡੀ ਆਪਣੀ ਦੁਬਦਾ ਜਿਹੜੀ ਗਾਂਹ ਨਿਕਲਦੀ ਹੈ, ਉਹ ਸਾਡੀ ਨਾਕਾਮਯਾਬੀ ਦਾ ਇੱਕ ਸਿੱਟਾ ਬਣਦਾ ਹੈ।
ਘੱਟ ਤੋਂ ਘੱਟ ਯੂਕੇ ਦੇ ਹਰੇਕ ਗੁਰਦੁਆਰੇ ਦੇ ਟੇਬਲ 'ਤੇ ਇਹ ਫੈਸਲਾ ਪ੍ਰਿੰਟਡ ਮਿਲਣਾ ਚਾਹੀਦਾ ਹੈ। ਉਹਨਾਂ ਨੂੰ ਹਦਾਇਤ ਹੋਣੀ ਚਾਹੀਦੀ ਹੈ ਵੀ ਕਦੇ ਵੀ ਤੁਸੀਂ ਇੱਦਾਂ ਦਾ ਕੋਈ ਸਟੈਪ ਲਓ ਅਤੇ ਤੁਸੀਂ ਸਾਨੂੰ ਪਹਿਲਾਂ ਇਨਫੋਰਮ ਕਰੋ ਵੀ ਤੁਸੀਂ ਅਜਿਹਾ ਸਟੈਪ ਲੈ ਰਹੇ ਤਾਂ ਕਿ ਅਸੀਂ ਤੁਹਾਡੇ ਨਾਲ ਦੋ ਹਫ਼ਤੇ ਪਹਿਲਾਂ ਆਣ ਕੇ ਬੈਠ ਲਈਏ। ਇਹ ਕਹਾਣੀ ਸਿਰਫ ਹਰਿੰਦਰ ਸਿੰਘ 'ਤੇ ਖਤਮ ਨਹੀਂ ਹੋਣੀ, ਕਈ ਤਰ੍ਹਾਂ ਦੇ ਤੱਤ ਜਿਹੜੇ ਆ ਇਸ ਤਰ੍ਹਾਂ ਦੇ ਸਾਡਾ ਪਿੱਛਾ ਕਰ ਰਹੇ ਹਨ, ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਨ, ਕਈਆਂ ਕਈਆਂ ਪੱਖਾਂ ਤੋਂ ਕਰ ਰਹੇ ਹਨ। ਇਸ ਕਰਕੇ ਇਹਨੂੰ ਰੋਕਣ ਦੀ ਲੋੜ ਆ। ਮੈਂ ਤਾਂ ਇਹਨਾਂ ਦੋ ਸ਼ਬਦਾਂ ਦੇ ਨਾਲ ਸਿਰ ਸਪ੍ਰੋੜਤਾ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਸਾਰਾ ਪੰਥਾਂ 'ਚ ਇਕੱਠਾ ਹੈ, ਜਥੇਬੰਦੀਆਂ ਇਕੱਠੀਆਂ ਹਨ, ਪੁਰਾਣੇ ਸਾਥੀ ਸਾਰੇ ਇਕੱਠੇ ਹਨ। ਇਹਨੂੰ ਇੱਕ ਰਸਤਾ ਅਪਣਾ ਕੇ ਉਹ ਜਿਹੜਾ ਮੁੱਦਾ ਹੈ ਉਸੇ ਮੁੱਦੇ ਉੱਤੇ ਗੱਲ ਰੱਖ ਕੇ ਇਹਨੂੰ ਨੇਪੜੇ ਚਾੜਿਆ ਜਾਏ। ਜਿਨ੍ਹਾਂ ਸੱਜਣਾਂ ਨੇ ਇਹਦੇ ਵਿੱਚ ਹਿੱਸਾ ਪਾ ਕੇ, ਮੁਖੀਆਂ ਨੇ ਇਹਨੂੰ ਇਹ ਗੁਰਮਤੇ ਦੀ ਸ਼ਕਲ ਦਿੱਤੀ ਆ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਉਹ ਵਚਨ ਕਰਦੇ ਹਾਂ ਆਪੋ ਆਪਣੇ ਏਰੀਏ ਦੇ ਵਿੱਚ ਜਿੱਥੇ ਜਿੱਥੇ ਸਾਡੀ ਯੂਟੀ ਬਣੂਗੀ ਉਹਨੂੰ ਅਸੀਂ ਸਿਧਾਂਤਕ ਤੌਰ 'ਤੇ ਇੱਕਮੁੱਠਾ ਤੌਰ 'ਤੇ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਲੈ ਕੇ ਚੱਲਾਂਗੇ। ਲੇਕਿਨ ਇੱਕ ਤਰੀਕਾ ਜੋ ਸਾਂਝਾ ਇਸ ਤਰੀਕੇ ਦਾ ਅਪਣਾਓ ਵੀ ਸਾਨੂੰ ਕੱਲ੍ਹ ਨੂੰ ਇੱਦਾਂ ਕੋਈ ਸੁਨੇਹਾ ਨਾ ਦੇਵੇ, ਇੱਦਾਂ ਕੋਈ ਉਲਾਮਾ ਨਾ ਦੇਵੇ ਵੀ ਸਾਨੂੰ ਕੱਲ੍ਹ ਤੱਕ ਇਹਦਾ ਪਤਾ ਨਹੀਂ ਸੀ, ਸਾਨੂੰ ਪਰਸੋਂ ਤੱਕ ਇਸ ਚੀਜ਼ ਦਾ ਪਤਾ ਨਹੀਂ ਸੀ। ਸੋ ਇੰਨਾ ਕੁਛ ਕਹਿ ਕੇ ਦੱਸ ਕੇ ਮਹਾਰਾਜ ਆ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਆਈ ਥਿੰਕ ਜਿਹੜਾ ਭਾਈ ਜੀ ਉਹਨਾਂ ਨੇ ਪੁਆਇੰਟਸ ਮੇਕ ਕੀਤੇ ਬੜੇ ਵੈਲਿਡ ਹੈਗੇ ਨੇ, ਅਤੇ ਜਦੋਂ ਮਤੇ ਪਾਸ ਹੋ ਗਏ ਤਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਕਾਪੀਜ਼ ਹੈਗੀਆਂ ਹਰ ਇੱਕ ਗੁਰੂ ਘਰ ਨੂੰ, ਹਰ ਇੱਕ ਔਰਗਨਾਈਜੇਸ਼ਨ ਨੂੰ ਭੇਜਾਂਗੇ, ਅਤੇ ਸੋ ਅਸੀਂ ਕਰਾਂਗੇ। ਪਰ ਜਿਹੜਾ ਇੱਕ ਦੂਸਰਾ ਇਹਨਾਂ ਦਾ ਪੁਆਇੰਟ ਸੀਗਾ ਕਿ ਇੱਥੇ ਜਿਹੜਾ ਪਹਿਰਾ ਦੇਣਾ ਆਪਾਂ ਸਾਰਿਆਂ ਨੇ ਫਿਰ ਦੇਣਾ, ਇਹ ਨਹੀਂ ਹੈਗਾ ਕਿ ਪਹਿਰਾ ਦੇਣ ਵਾਸਤੇ ਕੋਈ ਆਵੇ ਨਾ। ਸੋ ਆਪਣੀ ਜ਼ਿੰਮੇਵਾਰੀ ਵੀ ਆਪਣੀ ਬਣ ਜਾਣੀ ਹੈ। ਆਪਣੇ ਨੈਕਸਟ ਸਪੀਕਰ ਹੈਗੇ ਸਰਦਾਰ ਗੁਰਮੇਲ ਸਿੰਘ ਮੱਲੀ, ਸਿੰਘ ਸਭਾ ਸਾਊਥਲ ਗੁਰਦੁਆਰੇ ਦੇ ਪ੍ਰਧਾਨ। ਦਸਾਂ ਪਾਤਸ਼ਾਹਾਂ ਦੀ ਜੋਤ, ਹਾਜ਼ਰ ਨਾਜ਼ਰ, ਪ੍ਰਤੱਖ ਗੁਰੂ, ਗੁਰੂ ਦੀ ਗੋਦ ਵਿੱਚ ਜੁੜ ਬੈਠੀ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਕੱਠ ਹੈ, ਸਾਰੇ ਹੀ ਯੂਕੇ ਦੇ ਗੁਰੂ ਘਰਾਂ ਦੇ ਪ੍ਰਬੰਧਕ, ਜਥੇਬੰਦੀਆਂ, ਸੰਗਤੀ ਰੂਪ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ, ਕਿਉਂਕਿ ਜੋ ਅੱਜ ਦਾ ਇਕੱਠ ਹੈ ਇਹਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਹੋਣਾ ਹੈ। ਕਈ ਵਾਰੀ ਮੇਰੇ ਵਿਚਾਰ ਵੱਖਰੇ ਹੋ ਸਕਦੇ ਆ, ਕਈ ਵਾਰੀ ਮੈਂ ਕਿਸੇ ਸੰਸਥਾ ਦੇ ਨਾਲ ਨਹੀਂ ਚੱਲ ਸਕਦਾ, ਕਈ ਵਾਰੀ ਹੋਰ ਕਈ ਤਰ੍ਹਾਂ ਦੇ ਇਸ਼ੂ ਆ ਜਿੱਥੇ ਅਸੀਂ ਇਕੱਠੇ ਨਹੀਂ ਬੈਠ ਸਕਦੇ। ਪਰ ਜਿਹੜਾ ਅੱਜ ਦਾ ਇਸ਼ੂ ਹੈ ਉਹ ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਇਸ਼ੂ ਹੈ, ਜਿਹਨੂੰ ਅਸੀਂ ਗੁਰੂ ਕਰਕੇ ਪੂਜਦੇ ਹਾਂ, ਗੁਰੂ ਕਰਕੇ ਮੰਨਦੇ ਹਾਂ। ਅਗਰ ਅੱਜ ਦੇ ਇਕੱਠ ਜਿਸ ਤਰ੍ਹਾਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੁਰੂ ਘਰ ਦਾ ਦੁਖੀ, ਕਿਉਂਕਿ ਕਾਫੀ ਦੇਰ ਲਾਤੀ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਕਈ ਵਾਰੀ ਸੰਗਤਾਂ ਸੋਚਦੀਆਂ, ਕਈ ਵਾਰੀ ਸੰਗਤਾਂ ਨਵੀਆਂ ਨਵੀਆਂ ਪ੍ਰਚਾਰਕ ਉੱਠਦੀਆਂ ਜਾਂ ਉਹਦੇ ਨਾਲ ਨਵੇਂ ਨਵੇਂ ਸੇਵਾਦਾਰ ਜੁੜਦੇ ਆ, ਉਹ ਸੋਚਦੇ ਸ਼ਾਇਦ ਇਹ ਗਲਤੀ ਨਹੀਂ ਕਰ ਰਿਹਾ, ਪਰ ਇਹ ਇੱਕ ਬਹੁਤ ਵੱਡੀ ਗਲਤੀ ਹੈ ਔਰ ਇਹ ਜਾਣ ਬੁੱਝ ਕੇ ਕੀਤੀ ਗਈ ਹੈ। ਸੋ ਇਹਦੇ ਵਾਸਤੇ ਜਿਹੜਾ ਫੈਸਲਾ ਇਤਿਹਾਸਕ ਲੈਣਾ ਬਹੁਤ ਜ਼ਰੂਰੀ ਹੈ। ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੀਆਂ ਸੰਗਤਾਂ ਦਾ ਸ੍ਰੀ ਗੁਰੂ ਸਿੰਘ ਸਭਾ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਨੈਕਸਟ ਬੁਲਾਰੇ ਹੈਗੇ ਭਾਈ ਮਨਵੀਰ ਸਿੰਘ ਸਤਿਕਾਰ ਕਮੇਟੀ ਵੱਲੋਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਹਜ਼ੂਰ ਵਿੱਚ ਬੈਠੀ ਸਾਧ ਸੰਗਤ ਜੀਓ, ਦੋਵੇਂ ਹੱਥ ਜੋੜ ਕੇ ਝੁਕਾ ਕੇ ਸੀਸ ਗੱਜ ਵੱਜ ਕੇ ਆਖੀਏ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਮਾਹੌਲ ਇੱਦਾਂ ਦਾ ਅੱਜ ਬਣ ਗਿਆ ਕਿ ਤਕਰੀਬਨ ਸਾਰੀ ਦੁਨੀਆ ਦੀ ਨਿਗਾਹ ਹੁਣ ਇਸ ਵੇਲੇ ਇਸ ਮੀਟਿੰਗ ਇਸ ਪੰਥਕ ਇਕੱਠ 'ਤੇ ਆ। ਜਿੰਨਾ ਕਾਲੇ ਦੁਆਲਿਓਂ ਪਤਾ ਲੱਗਾ, ਸਾਰੇ ਸੰਸਾਰ ਭਰ ਦੀ ਨਿਗਾਹ, ਸਿੱਖਾਂ ਦੀ ਨਿਗਾਹ, ਅੱਜ ਧਿਆਨ ਸਾਰਿਆਂ ਦਾ ਇਸ ਪਾਸੇ ਆ। ਅਤੇ ਆਪਾਂ ਯਤਨ ਕਰਨਾ ਸਾਰਿਆਂ ਨੇ ਕਿ ਪਿਤਾ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਿਕਾਰ ਆਪਾਂ ਬਹਾਲ ਰੱਖਦੇ ਹੋਏ, ਬੜੇ ਪਿਆਰ ਸਤਿਕਾਰ ਨਾਲ ਜਿਹਨੇ ਗੁਰਮੁਖ ਪਿਆਰਿਆਂ ਨੇ ਸਿੰਘਾਂ ਨੇ ਪਹਿਲਾਂ ਮੀਟਿੰਗ ਕਰਕੇ ਜਿਹੜਾ ਡਰਾਫਟ ਤਿਆਰ ਕੀਤਾ ਆ ਉਹਦੇ ਵੱਲ ਜ਼ਰੂਰ ਧਿਆਨ ਦਿਓ ਕਰਕੇ ਕੋਸ਼ਿਸ਼ ਕੀਤੀ ਗਈ ਆ ਕਿ ਜਿਵੇਂ ਸਿੰਘਾਂ ਨੇ ਪਹਿਲਾਂ ਲਫ਼ਜ਼ ਵਰਤੇ ਆ ਕਿ ਇਤਿਹਾਸਿਕ ਫੈਸਲਾ, ਇਹ ਇਤਿਹਾਸਿਕ ਫੈਸਲੇ 'ਤੇ ਆਪਾਂ ਮੋਹਰ ਲਾਉਣ ਵਾਸਤੇ ਇੱਥੇ ਇਕੱਤਰ ਹੋਏ ਹਾਂ। ਦਾਸ ਸਤਿਕਾਰ ਕਮੇਟੀ ਵੱਲੋਂ ਬੇਨਤੀ ਹੈ ਕਿ ਕਰਨੀ ਚਾਹੁੰਦਾ, ਸਭ ਤੋਂ ਵੱਡੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਵੱਡੇ ਆਪ ਜੀ ਹਾਂ, ਸੰਗਤ ਜਥੇਬੰਦੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਉਹ ਸੇਵਾਦਾਰ ਹਨ, ਪਰ ਸਭ ਤੋਂ ਜ਼ਿਆਦਾ ਅਥਾਰਟੀ ਗੁਰੂ ਕੀ ਸੰਗਤ ਨੂੰ, ਗੁਰੂ ਖਾਲਸੇ ਨੂੰ ਦਿੱਤੀ ਆ ਮਹਾਰਾਜ ਸਾਹਿਬ ਜੀ ਨੇ। ਅਤੇ ਅੱਜ ਤਾਂ ਹੀ ਬੇਨਤੀ ਆਪਾਂ ਪਹਿਲਾਂ ਵੀ ਕੀਤੀ ਸੀ, ਇਸ ਫੈਸਲੇ ਵਿੱਚ ਸ਼ਾਮਿਲ ਹੋ ਕਰਕੇ ਆਪ ਜੀਆਂ ਨੇ ਆਪਣੀ ਸ਼ਮੂਲੀਅਤ ਦੇ ਕੇ ਜਿਹੜਾ ਇਹ ਫੈਸਲੇ 'ਤੇ ਜਿਹੜਾ ਫੈਸਲਾ ਹੋ ਜਾਣਾ ਉਹਦੇ 'ਤੇ ਕਾਰਵਾਈ ਵੀ ਗਾਂ, ਉਹਦੇ 'ਤੇ ਐਕਸ਼ਨ ਵੀ ਗਾਂ ਹੋਣਗੇ। ਅਤੇ ਆਪ ਜੀਆਂ ਸਾਰਿਆਂ ਨੇ ਆਪਣੇ ਤਨੋ ਮਨੋਂ, ਆਪਾਂ ਜਿੱਦਾਂ ਪਹਿਲਾਂ ਸਿੰਘ ਕਰਦੇ ਆਏ ਆ, ਜਿਹੜਾ ਵੀ ਸਿੰਘ ਉਸ ਫੈਸਲੇ ਨਾਲ ਨਹੀਂ ਵੀ ਸਹਿਮਤ, ਅੱਗੇ ਵੀ ਆਪਾਂ ਜਦੋਂ ਮੀਟਿੰਗਾਂ ਕਰਦੇ ਆਪਾਂ ਬੇਨਤੀ ਜ਼ਰੂਰ ਕਰਦੇ ਹਾਂ ਕਿ ਉਹ ਜ਼ਰੂਰ ਆਪਣਾ ਪੱਖ ਦੱਸ ਦੇਵੇ ਕਿ ਮੈਂ ਨਹੀਂ ਇਸ ਗੱਲ ਨਾਲ ਸਹਿਮਤ। ਪਰ ਜਿਹੜੇ ਸਹਿਮਤ ਹੋਣ ਉਹ ਗੁਰੂ ਕੇ ਸਿੰਘ ਜ਼ਰੂਰ ਆਪਣਾ ਟੱਕੇ ਇਸ ਫੈਸਲੇ ਨੂੰ ਸੁਣਨ, ਜਦੋਂ ਕੋਈ ਵੀ ਕਰਕੇ ਜਿਵੇਂ ਸਿੰਘਾਂ ਨੇ ਪਹਿਲਾਂ ਦੱਸ ਦਿੱਤਾ, ਹੱਲ ਹਰਿੰਦਰ ਸਿੰਘ ਨੇ ਦੱਸ ਦਿੱਤਾ ਸੀ ਇਹਦਾ ਕੀ ਆ ਕਰਕੇ, ਉਹਨੇ ਕਿਹਾ ਸੀਗਾ ਕਿ ਮੈਨੂੰ ਛੇਕ ਦਿੱਤਾ ਜਾਊਗਾ ਜੀ, ਫਿਰ ਵੀ ਮੈਂ ਆਹ ਕਰੂੰਗਾ, ਚਲੋ ਉਹ ਹੁਣ ਬਾਅਦ 'ਚੋਂ ਰਹਿ ਜਾਣਾ ਹੈ ਗੁਰੂ ਕੇ ਖਾਲਸੇ ਦੇ ਉੱਪਰ ਸਾਰੀ ਚੀਜ਼। ਅਤੇ ਆਪਾਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਸਹਿ ਰੱਖ ਕੇ ਇੱਕ ਬੇਨਤੀ ਕਰਦੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਆਪਾਂ ਜਿਵੇਂ ਸਾਰੇ ਸਿੰਘ ਪਹਿਲਾਂ ਬਹਾਲ ਕਰਦੇ ਆਏ ਹਾਂ, ਕੱਲ੍ਹ ਨੂੰ ਕੋਈ ਵੀ ਹੋਰ ਵੀ ਕੋਈ ਇਹੋ ਜਿਹੀ ਦੁਸ਼ਟ ਵਿਅਰਤੀ ਵਾਲਾ ਗੁਰੂ ਸਾਹਿਬ ਜੀ ਦੇ ਖਿਲਾਫ, ਗੁਰੂ ਸਾਹਿਬ ਜੀ ਦੀਆਂ ਸ਼ਕਤੀਆਂ ਦੇ ਖਿਲਾਫ, ਗੁਰੂ ਸਾਹਿਬ ਜੀ ਨੇ ਜੋ ਸਾਡੀ ਇਹ ਮਰਜ਼ਾਦਾ ਚਲਾਈ ਹੈ ਮਰਜ਼ਾਦਾ ਦੇ ਖਿਲਾਫ, ਸਤਿਗੁਰਾਂ ਦੀ ਬਾਣੀ ਦੇ ਖਿਲਾਫ ਕੋਈ ਵੀ ਇੱਕ ਲਫ਼ਜ਼ ਵੀ ਬੋਲਦਾ ਤਾਂ ਉਹਨੂੰ ਕਿੱਦਾਂ ਨਜਿੱਠਣਾ। ਕਰਕੇ ਜੇ ਮੈਂ ਇੱਕ ਟੂਕ ਮਾਤਰ ਦੱਸ ਜਾਵਾਂ, ਆਪਾਂ ਉਹਨਾਂ ਦੀ ਅੰਸ ਬੰਸ ਹਾਂ ਜਿਨ੍ਹਾਂ ਨੇ ਹਾਥੀਆਂ 'ਤੇ ਚੜ੍ਹਿਆ ਜਿਹੜੇ ਅੰਬਾਰੀਆਂ 'ਚ ਬੈਠਿਆਂ ਦੇ ਵੀ ਸਿਰ ਲਾ ਲਿਆ ਸੀ। ਸੋ ਉਹ ਆਪਾਂ ਇਹ ਧਿਆਨ ਜ਼ਰੂਰ ਰੱਖੀਏ, ਜਿੱਥੇ ਦੁਸ਼ਟ ਨਾਲ ਆਉਣੇ ਆ ਉੱਥੇ ਗੁਰੂ ਰੂਪ ਖਾਲਸਾ ਵੀ ਨਾਲ ਚੱਲਿਆ ਆਉਂਦਾ। ਹੱਥ ਜੋੜ ਕੇ ਬੇਨਤੀ ਆ, ਇਸ ਮਸਲੇ ਨੇ ਹੋ ਸਕਦਾ ਇਹ ਤੋਂ ਗਾਂਹ ਕੋਈ ਨਾ ਕੋਈ ਇਹਦਾ ਹੋਰ ਨਿਕਲੇ ਰਾਹ, ਪਰ ਆਪਾਂ ਡਟ ਕੇ ਇਸ ਫੈਸਲੇ ਦੇ ਨਾਲ ਖੜੀਏ, ਅਤੇ ਜੇ ਸਾਰਿਆਂ ਨੂੰ ਠੀਕ ਲੱਗੇ ਤਾਂ। ਪਰ ਸਾਰੇ ਸਿੰਘਾਂ ਨੇ ਬਹੁਤ, ਜਿਵੇਂ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ 2-3 ਘੰਟੇ ਲਾ ਕੇ ਇਹ ਮਸਲੇ ਜਿਹੜੇ ਇਹਦਾ ਮੁੱਦੇ ਲਿਖੇ ਗਏ ਆ, ਸੋ ਆਪ ਜੀਆਂ ਨੇ ਜ਼ਰੂਰ ਸਹਿਮਤੀ ਦੇਣੀ। ਹੱਥ ਜੋੜ ਕੇ ਬੇਨਤੀ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮੈਨੂੰ ਹੁਕਮ ਹੋਇਆ ਕਿ ਸਿਰਫ 2 ਹੋਰ ਬੁਲਾਰੇ ਅਤੇ ਉਹਨਾਂ ਤੋਂ ਬਾਅਦ ਦੇ 'ਚ ਆਪਾਂ ਰੈਜ਼ੋਲਿਊਸ਼ਨਸ ਪੜ੍ਹੀਏ, ਕਿਉਂਕਿ ਉਹਨਾਂ 'ਤੇ ਉੱਥੇ ਹੋ ਸਕਦਾ ਕਿ ਆਪਣਾ ਕਾਫੀ ਟਾਈਮ ਲੱਗ ਜਾਵੇ। ਅਤੇ 1-2 ਜਿੱਦਾਂ ਬਰਮਿੰਘਮ ਕਾਉਂਸਲ ਗੁਰਦੁਆਰੇ ਤੋਂ ਕਾਉਂਸਲਰ ਅਟਵਾਲ ਹੁਣੀ ਇੱਥੇ ਆਏ ਸੀ, ਉਹਨਾਂ ਜਾਣਾ ਪਿਆ, ਪਰ ਉਹ ਕਹਿੰਦੇ ਜੋ ਵੀ ਇਸ ਮੀਟਿੰਗ ਦਾ ਫੈਸਲਾ ਹੋਏਗਾ ਸੀ ਉਹ ਫੈਸਲੇ ਨਾਲ ਸਹਿਮਤ ਹੈ। ਉਹ ਹਾਲੇ ਹੈਗੇ ਨੇ ਆਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੁਆਰਾ ਕੌਂਸਲ ਬਰਮਿੰਘਮ ਦੇ ਬਿਹਾਫ 'ਤੇ ਨਹੀਂ, ਮੈਂ ਐਜ ਏ ਸਿੱਖ ਤਾਂ ਜਿਹੜੇ ਬਰਮਿੰਘਮ ਦੇ ਗੁਰਦੁਆਰੇ ਸਾਹਿਬ ਆ, ਕਿਉਂਕਿ ਉਹ ਜਿਹੜੀ ਗੁਰਦੁਆਰਾ ਕੌਂਸਲ ਨੂੰ ਆਪ ਆਉਣਾ ਚਾਹੀਦਾ ਸੀ,
ਕਈ ਕੁਛ ਹੋ ਰਿਹਾ ਉੱਥੇ, ਪਰ ਜਿੰਨੇ ਵੀ ਬਰਮਿੰਘਮ ਦੇ ਗੁਰਦੁਆਰਾ ਸਾਹਿਬ ਆ ਅਤੇ ਅਸੀਂ ਸਾਰੇ ਜੋ ਵੀ ਤੁਸੀਂ ਫੈਸਲਾ ਕਰੋਗੇ ਤੁਹਾਡੇ ਨਾਲ ਹਾਂ, ਬਾਬਾ ਦੀਪ ਸਿੰਘ ਗੁਰਦੁਆਰਾ ਤੋਂ ਵੀ ਦੱਸ ਅਤੇ ਬਾਕੀ ਵੀ ਗੁਰੂ ਘਰਾਂ ਦੇ ਨਾਲ ਪ੍ਰਬੰਧਕਾਂ ਨਾਲ ਗੱਲ ਹੋਈ ਆ ਅਤੇ ਸਾਰੇ ਅਸੀਂ ਜੋ ਵੀ ਅੱਜ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹੈਗੇ ਹਾਂ। ਪਰ ਇੰਨੀ ਖਿਆਲ ਆਪਾਂ ਨੂੰ ਚਾਹੀਦਾ ਸੀ ਬੁਲਾਰਿਆਂ ਨੂੰ ਨਾ ਬੋਲਣ ਤੋਂ ਪਹਿਲਾਂ ਜੋ ਆਪਾਂ ਲਿਖਿਆ ਸੀਗਾ ਔਰ ਉਹਨੂੰ ਆਪਾਂ ਸੁਣਾ ਦਿੰਦੇ, ਅਗਰ ਉਹਦੇ ਵਿੱਚ ਕਿਸੇ ਨੂੰ ਕੁਛ ਲੱਗਦਾ ਤਾਂ ਉਹ ਬੋਲ ਲੈਂਦਾ ਅਤੇ ਨਹੀਂ ਸਰਬਸੰਮਤੀ ਨਾਲ ਪਾਸ ਕਰਨੇ ਚਾਹੀਦੇ। ਇਹੀ ਹੋਈਆਂ ਭੁੱਲਾਂ ਲਿਖਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਥਿੰਕ ਇਹਨਾਂ ਦਾ ਪੁਆਇੰਟ ਵੈਸੇ ਠੀਕ ਹੈਗਾ, ਮੇ ਬੀ ਆਪਾਂ ਰੈਜੋਲਿਊਸ਼ਨ ਪਹਿਲਾਂ ਪੜ੍ਹ ਲੈਣੇ ਚਾਹੀਦੇ ਅਤੇ ਫਿਰ ਬਾਅਦ ਵਿੱਚ ਕਿਸੇ ਨੇ ਕਮੈਂਟ ਕਰਨਾ ਅਤੇ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ। ਤਾਂ ਅਗਰ ਮੈਂ ਸੰਗਤ ਦੀ ਸਹਿਮਤੀ ਲੈਂਦਾ, ਮੇਰੇ ਕੋਲ ਨਾਮ ਹੈਗੇ ਨੇ ਕਾਫੀ, ਪਰ ਮੈਂ ਜੇ ਰੈਜੋਲਿਊਸ਼ਨ ਪੜ੍ਹ ਦਵਾਂ ਤਾਂ ਇੱਥੋਂ ਕਰੀਏ ਆਪਾਂ ਸ਼ੁਰੂ, ਠੀਕ ਹੈ ਨਾ? ਔਰਾਈਟ। ਅਤੇ ਅੱਛਾ, ਮੇਰੇ ਨਾਲ ਸਹਿਯੋਗ ਦੇਣਗੇ ਆਪਣੇ ਡਾਕਟਰ ਹੋਣੀ, ਅਤੇ ਮੈਂ ਇੰਗਲਿਸ਼ ਦੇ ਵਿੱਚ ਅਤੇ ਉਹ ਪੰਜਾਬੀ ਦੇ ਵਿੱਚ। ਮਿਤੀ 11/12/2019 ਨੂੰ ਆਪਾਂ ਸਾਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਦੁਆਰੇ ਵੈਸਟ ਬ੍ਰੋਮਿਚ ਵਿਖੇ ਇਕੱਤਰ ਹੋਏ ਹਾਂ। ਸਾਡੀ ਅੱਜ ਦੀ ਇਕੱਤਰਤਾ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਸਿਰਫ ਇੱਕੋ ਹੀ ਹੈ ਕਿ ਪਿੱਛੇ ਜੇ ਇੱਕ ਪੰਥ ਦੁਖੀ ਜਿਹੜੇ ਕਿ ਨਿਰਵੈਰ ਖਾਲਸਾ ਜਥੇ ਵਾਲੇ ਹਰਿੰਦਰ ਸਿੰਘ ਜੀ ਨੇ, ਉਹਨਾਂ ਨੇ ਆਪਣੇ ਕਿਤੇ ਵਿਖਿਆਨ ਦੇ ਵਿੱਚ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਬਹੁਤ ਹੀ ਭੈੜੀ ਮੰਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ, ਕਬੂਲ ਤੱਕ ਉਹਨਾਂ ਨੇ ਬੋਲੇ ਨੇ। ਔਰ ਅੱਜ ਦੀ ਸੰਗਤ ਵੱਲੋਂ, ਅੱਜ ਦੀਆਂ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਇੱਥੇ ਇਕੱਠੀਆਂ ਹੋਈਆਂ ਨੇ, ਉਹਨਾਂ ਸਾਰਿਆਂ ਨੇ ਰਲ ਮਿਲ ਕੇ ਕੁਝ ਮਤੇ ਪਾਸ ਕੀਤੇ ਨੇ, ਤਾਂ ਆਪਾਂ ਹੁਣ ਪ੍ਰੈਸ ਮੀਡੀਅਮ ਦੇ ਮਾਧਿਅਮ ਦੇ ਰਾਹੀਂ ਉਹ ਮਤੇ ਜਿਹੜੇ ਉਹਨਾਂ ਨੇ ਪਾਸ ਕੀਤੇ ਨੇ ਉਹ ਸੰਗਤਾਂ ਤੱਕ ਪਹੁੰਚਾਉਣ ਜਾ ਰਹੇ ਹਾਂ। ਜਿਹੜੀ ਗੱਲ ਮੈਂ ਇਹ ਕਹੀ ਹੈ ਇਹ ਕੰਦੋਲਾ ਸਾਹਿਬ ਅੰਗਰੇਜ਼ੀ ਵਿੱਚ ਦੱਸ ਦੇਣਗੇ, ਕੰਦੋਲਾ ਸਾਹਿਬ ਫਿਰ ਉਸ ਤੋਂ ਬਾਅਦ ਪਹਿਲਾ ਮਤਾ ਅੰਗਰੇਜ਼ੀ ਵਿੱਚ ਪੜ੍ਹਨਗੇ, ਉਹ ਪਹਿਲਾ ਮਤਾ ਪੜ੍ਹ ਕੇ ਫਿਰ ਮੈਂ ਉਹਦੀ ਪੰਜਾਬੀ ਟ੍ਰਾਂਸਲੇਸ਼ਨ ਕਰਾਂਗਾ, ਫਿਰ ਉਹ ਦੂਸਰਾ ਮਤਾ ਪੜ੍ਹਨਗੇ। ਇਸ ਤਰ੍ਹਾਂ ਅਸੀਂ ਪੰਜ ਮਤੇ ਜਿਹੜੇ ਹੈ ਉਹ ਅੱਜ ਦੀ ਜਿਹੜੀ ਇਕੱਠ ਹੈ, ਗੁਰੂ ਕੀ ਸੰਗਤ ਹੈ, ਪ੍ਰਬੰਧਕ ਕਮੇਟੀਆਂ ਨੇ, ਗੁਰੂ ਕੀਆਂ ਜਥੇਬੰਦੀਆਂ ਨੇ, ਉਹਨਾਂ ਨੇ ਉਹਨਾਂ ਵੱਲੋਂ ਇਹ ਪਾਸ ਕੀਤੇ ਗਏ ਨੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਦੀ ਔਰਗਨਾਈਜੇਸ਼ਨਸ ਐਂਡ ਗੁਰਦੁਆਰਾਸ ਇਨ ਯੂ ਕੇ, ਅ ਵੈਰੀ ਲਾਰਜ ਐਂਡ ਡਾਈਵਰਸ ਨੰਬਰ ਆਫ ਦਮ ਗੋਟ ਟੁਗੈਦਰ ਟੂਡੇ ਐਟ ਅ ਪੰਥਿਕ ਮੀਟਿੰਗ ਔਨ ਦ 21st of December 2019, which was held at Sri Guru Har Rai Gurdwara Sahib in West Bromwich. And in this meeting, a number of resolutions were passed, and these resolutions were passed within the context of the controversial prachar being undertaken by Harinder Singh of Nirvair Khalsa Jatha and by Ranjit Singh Ji Tadriyamwale. So this was the context of the meeting. And now I'm going to read the resolutions that have been passed one at a time in English, which will then also be read out in Punjabi. So the first one, Harinder Singh and Ranjit Singh Tadriyamwale are hereby banned from doing any prachar in the presence of Sri Guru Granth Sahib Ji or otherwise in UK. We request that other countries also follow suit on this resolution. ਨਿਰਵੈਰ ਖਾਲਸਾ ਜਥੇ ਦੇ ਭਾਈ ਹਰਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਢਿੱਡਰੀਆਂ ਵਾਲੇ ਹੁਣੇ ਉੱਪਰ ਅੱਜ ਦੇ ਇਸ ਇਕੱਠ ਉੱਪਰ ਮੁਕੰਮਲ ਤੌਰ ਉੱਪਰ ਕਿਸੇ ਵੀ ਜਗ੍ਹਾ ਉੱਪਰ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਜਾਂ ਨਾ ਹੋਵੇ, ਕਿਸੇ ਵੀ ਕਿਸਮ ਦੇ ਪ੍ਰਚਾਰ ਉੱਪਰ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਔਰ ਜਿੰਨੀ ਦੇਰ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਨਹੀਂ ਹੋ ਜਾਂਦੇ, ਉਨੀ ਦੇਰ ਤੱਕ ਸਮੂਹ ਸੰਸਾਰ ਦੀਆਂ ਜਥੇਬੰਦੀਆਂ, ਸਮੂਹ ਸੰਸਾਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਹੈ ਕਿ ਉਹ ਇਸ ਪਾਬੰਦੀ ਦਾ ਪਾਲਣ ਕਰਦਿਆਂ ਹੋਇਆਂ ਧੰਨਵਾਦੀ ਬਣਾਉਣ। The second resolution was that the Sangat is appealed not to book either of them for any prachar at any event, and also for the Sangat not to support furthering any exposure to either of them on social media. Sangatan age eh appeal kiti jandi hai ki Nirvair Khalsa Jathe de Harinder Singh ate
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਉਹਨਾਂ ਦੇ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਥਾਨ ਉੱਪਰ ਪ੍ਰਚਾਰ ਦੇ ਲਈ ਬੁੱਕ ਨਾ ਕੀਤਾ ਜਾਵੇ ਔਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਕਤ ਕਿਸੇ ਵੀ ਸੋਸ਼ਲ ਮੀਡੀਆ ਉੱਪਰ ਉਹਨਾਂ ਨੂੰ ਸਪੋਰਟ ਨਾ ਕੀਤਾ ਜਾਵੇ, ਨਾ ਹੀ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਕਿਸੇ ਪੋਸਟ ਨੂੰ ਅੱਗੇ ਸ਼ੇਅਰ ਕਰਕੇ ਉਹਨਾਂ ਨੂੰ ਐਕਸਪਲੋਰ ਕੀਤਾ ਜਾਵੇ। ਹਾਂਜੀ, ਗੁਰਦੁਆਰਾ ਜਿਹੜਾ ਥਰਡ ਰੈਜ਼ੋਲੂਸ਼ਨ ਇਸ ਕਿ ਗੁਰਦੁਆਰਾ ਕਮੇਟੀਜ਼ ਆਰ ਸਟਰੋਂਗਲੀ ਡਾਇਰੈਕਟਿਡ ਨੋਟ ਟੂ ਬੁੱਕ ਆਈਦਰ ਆਫ ਦਮ, ਸੋ ਆਈਦਰ ਆਫ ਦਮ ਮੀਨਸ ਹਰਿੰਦਰ ਸਿੰਘ ਔਰ ਰਣਜੀਤ ਸਿੰਘ ਢੱਡਰੀਆਂ ਵਾਲੇ ਔਰ ਐਨੀ ਐਸੋਸੀਏਟਸ ਫੋਰ ਐਨੀ ਇਵੈਂਟ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਗੇ ਪੁਰਜ਼ੋਰ ਇਹ ਨਿਰਦੇਸ਼ ਦਿਸ਼ਾ ਜਾਰੀ ਕੀਤੇ ਜਾਂਦੇ ਨੇ ਕਿ ਨਿਰਵੈਰ ਖਾਲਸਾ ਜਥੇ ਨੂੰ ਕਿਸੇ ਵੱਲੋਂ ਵੀ ਕਿਸੇ ਵੀ ਪ੍ਰੋਗਰਾਮ ਦੇ ਲਈ ਨਾ ਬੁੱਕ ਕੀਤਾ ਜਾਵੇ, ਨਾ ਹੀ ਉਹਨਾਂ ਦੇ ਨਾਲ ਕਿਸੇ ਵੀ ਤੌਰ ਉੱਪਰ ਕੋਈ ਸਾਂਝ ਰੱਖੀ ਜਾਵੇ। ਸਿੱਖ ਮੀਡੀਆ ਅੱਗੇ ਵੀ ਪੁਰਜ਼ੋਰ ਇਹ ਨਿਰਦੇਸ਼ ਉਹਨਾਂ ਨੂੰ ਦਿੱਤੇ ਜਾਂਦੇ ਨੇ ਕਿ ਨਿਰਵੈਰ ਖਾਲਸਾ ਜਥੇ ਦੇ ਹਰਿੰਦਰ ਸਿੰਘ ਅਤੇ ਰਣਜੀਤ ਸਿੰਘ ਢੱਡਰੀ ਵਾਲੇ ਨੂੰ ਕਿਸੇ ਵੀ ਪੁਆਇੰਟ ਦੇ ਉੱਤੇ ਸੱਦਿਆ ਨਾ ਜਾਵੇ। The next resolution is that the Sikh media, whether this is electronic, whether this is print media or radio or television, the Sikh media is strongly requested not to give either of them or NKJ any exposure. ਸਿੱਖ ਮੀਡੀਆ ਨੂੰ ਭਾਵੇਂ ਉਹ ਇਲੈਕਟ੍ਰੋਨਿਕਸ ਮੀਡੀਆ ਹੈ ਜਾਂ ਕੋਈ ਹੋਰ ਮੀਡੀਆ, ਉਸ ਮੀਡੀਆ ਨੂੰ ਪੁਰਜ਼ੋਰ ਇਹ ਅਪੀਲ ਹੈ ਕਿ ਨਿਰਵੈਰ ਖਾਲਸਾ ਜਥੇ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪੁਆਇੰਟ ਉੱਪਰ ਨਾ ਸੱਦਿਆ ਜਾਵੇ, ਨਾ ਹੀ ਉਹਨਾਂ ਨੂੰ ਉਹਨਾਂ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਜਾਵੇ ਭਾਵ ਉਹਨਾਂ ਨੂੰ ਐਕਸਪੋਜ਼ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਇਜ਼ ਵੈਰੀ ਅਵੇਅਰ ਆਫ ਦ ਇਸ਼ੂਜ਼ ਸਰਾਊਂਡਿੰਗ ਬੋਥ ਆਫ ਦੀਸ ਪ੍ਰਚਾਰਕਸ ਐਂਡ ਵੀ ਆਰ ਅਵੇਅਰ ਦੈਟ ਦ ਮੈਟਰ ਇਜ਼ ਬੀਂਗ ਡੈਲਟ ਬਾਏ ਦਮ। ਵੀ ਹੰਬਲੀ ਰਿਕੁਐਸਟ Sri Akal Takht Sahib to take a strong action in line with Gurmat traditions against both Harinder Singh and Ranjit Singh Ji Tadriyamale. Sri Akal Takht Sahib vikhe is mudde bare puri jankari bheji ja chuki hai, bhav Akal Takht Sahib puri is mudde bare jankari rakhde han, is karke ajj de is ikatth de vich faisla liya gaya hai ki hun Akal Takht Sahib de jathedar sahib agge benti hai ki gurmat de mutabik oh nirvair khalsa jathe de Harinder Singh ate bhai Ranjit Singh Tadiyan wale upar gurmat rahit madad de upar gurmat rahit maryada de mutabik tukmi karwai karan. Until the decision of the Akal Sri Akal Takht Sahib Ji is taken, no individual, organization or Gurdwara committee member should have any direct liaison with either of them. ਉਪਰੋਕਤ ਫੈਸਲੇ ਸੰਗਤਾਂ ਦੀ ਸਹਿਮਤੀ ਦੇ ਨਾਲ ਕੀਤੇ ਗਏ ਨੇ ਅਤੇ ਅੱਜ ਦੇ ਇਸ ਇਕੱਠ ਦੇ ਵਿੱਚ ਸੰਗਤ ਦੀ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਜਿੰਨੀ ਦੇਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਜਾਂ ਕੋਈ ਫੈਸਲਾ ਨਹੀਂ ਆ ਜਾਂਦਾ, ਕੋਈ ਵੀ ਸਿੱਖ ਜਥੇਬੰਦੀ ਪ੍ਰਬੰਧਕ ਕਮੇਟੀ ਨਿੱਜੀ ਤੌਰ ਉੱਪਰ ਜਾਂ ਪਰਿਵਾਰਕ ਤੌਰ ਉੱਪਰ ਨਿਰਵੈਰ ਖਾਲਸਾ ਜਥੇ ਦੇ ਹਰਿੰਦਰ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣਾਂ ਦੇ ਨਾਲ ਕੋਈ ਸਾਂਝ ਨਾ ਰੱਖਣ। ਹਾਂਜੀ, ਇਨ ਕੰਕਲੂਜਨ ਆਈ ਕੈਨ ਸੇ ਦੈਟ ਦ ਮੀਟਿੰਗ ਹੈਡ ਕੰਸੈਂਸਸ ਔਨ ਆਲ ਆਫ ਦੀਸ resolutions. There were no voices of dissent. The meeting was represented by a very wide range of Gurdwara Sahibs and organizations, and we have not taken these resolutions lightly. We believe that these resolutions are in the best interest of the Panth, and we strongly urge all the Pracharaks in UK and across the world not to raise any controversial issues because they are having a negative impact on the community harmony. And it is distracting us from the real work and the real issues that the Panth needs to be dealing with. ਅੱਜ ਦਾ ਇਕੱਠ
ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਕੋਈ ਵੀ ਪ੍ਰਚਾਰਕ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਕੰਟਰੋਵਰਸ਼ੀਅਲ ਮੁੱਦੇ ਨੂੰ ਜਾਂ ਕਿਸੇ ਵੀ ਉਸ ਮੁੱਦੇ ਨੂੰ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਹੱਲ ਨਾ ਹੋਇਆ ਹੋਵੇ ਉਸ ਉੱਪਰ ਵਿਚਾਰ ਨਾ ਕਰੇ। ਔਰ ਅੱਜ ਦੇ ਇਕੱਠ ਦੇ ਵਿੱਚ ਇਹ ਸਾਰੀਆਂ ਸੰਗਤਾਂ ਅੱਗੇ ਉਹਨਾਂ ਪਾਸੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਿੰਨੀ ਦੇਰ ਤੱਕ ਅਕਾਲ ਤਖ਼ਤ ਸਾਹਿਬ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਉਹ ਸਾਡੇ ਇਹਨਾਂ ਪਾਸ ਕੀਤੇ ਗਏ ਮਤਿਆਂ ਦੇ ਬਾਰੇ ਧਿਆਨ ਦੇਣ। ਔਰ ਅੱਜ ਦੇ ਇਸ ਇਕੱਠ ਦੇ ਵਿੱਚ ਫੈਸਲਾ ਹੈ ਕਿ ਇਹਨਾਂ ਮਤਿਆਂ ਨੂੰ ਲਾਈਟਲੀ ਭਾਵ ਆਪਾਂ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ, ਇਹਨਾਂ ਨੂੰ ਆਪਾਂ ਪੂਰੀ ਤਰ੍ਹਾਂ ਦੇ ਨਾਲ ਪੁਰਜ਼ੋਰ ਅਕਾਲ ਤਖ਼ਤ ਸਾਹਿਬ ਜਾਂ ਬਾਕੀਆਂ ਦੇ ਅੱਗੇ ਅਪੀਲ ਦੇ ਰੂਪ ਦੇ ਵਿੱਚ ਬੇਨਤੀਆਂ ਕਰਨੀਆਂ ਨੇ ਤਾਂ ਕਿ ਇਹ ਜਿਹੜੇ ਮਸਲੇ ਨੇ ਅੱਗੋਂ ਤੋਂ ਸਾਡੀ ਕੌਮ ਦੇ ਵਿੱਚ ਪੈਦਾ ਨਾ ਹੋ ਸਕਣ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇੱਥੇ ਆ ਕੇ ਆਪਣੇ ਥੋੜੀ ਰੁਕਾਵਟ ਪੜ ਗਈ ਆ, ਪਲੀਜ਼ ਮੇਰੀ ਗੱਲ ਸੁਣੋ। ਖਾਲਸਾ ਜੀ ਚੁੱਪ ਕਰ ਦਿਓ ਮਾੜਾ ਜਿਹਾ। ਹਾਂਜੀ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜੋ ਕੱਲ੍ਹ ਨੂੰ ਪਰਸਨਲ ਪ੍ਰੋਗਰਾਮ ਆ ਉਹਨੂੰ ਰੋਕਣਾ ਕਿਤਾਬਾਂ, ਆਪਾਂ ਪਹਿਲਾਂ ਕਹਿ ਰਿਹਾ ਕਿ ਉਹਦੇ ਨਾਲ ਕਿਹੜਾ ਕੋਈ ਮਿਲ ਵਰਤ ਰੱਖਣਾ ਨਹੀਂ। ਔਰ ਮੇਰੇ ਖਿਆਲ ਆਪਾਂ ਇੱਕ ਉੱਥੇ ਲੋਕਲ ਪੁਲਿਸ ਦੇ ਨਾਲ ਕੁਛ ਸਾਡੇ ਵਾਪਸ ਜਾਊ ਆ, ਉਹਨਾਂ ਨੂੰ ਇਨਫੋਰਮ ਕਰੋ ਕਿ ਆਹ ਪ੍ਰੋਗਰਾਮ ਹੋਣਾ, ਜੇ ਉਹ ਨਹੀਂ ਬੰਦ ਹੁੰਦਾ ਤਾਂ ਉਹਦੇ ਵਾਸਤੇ ਸਾਡੀ ਕਮਿਊਨਿਟੀ ਪ੍ਰੋਬਲਮ ਹੋਣੀ ਆ। ਫਿਰ ਸੈਕੰਡਲੀ ਮੈਂ ਤਾਂ ਆਪਣੀ ਰਾਏ ਦੇ ਸਕਦਾ, ਪਰ ਸਹਿਮਤ ਹੋਣਾ ਤੁਸੀਂ ਦੱਸਿਓ ਕੁਛ ਉਹਨਾਂ ਨੂੰ ਇੱਕ ਵਾਰਨਿੰਗ ਦੇਣ ਵਾਸਤੇ ਵੀ ਵਾਪਸ ਦੇਣਾ ਜਾਣਾ ਚਾਹੀਦਾ, ਜੇ ਤੂੰ ਨਹੀਂ ਹਟਿਆ ਤਾਂ ਅਸੀਂ ਤਾਂ ਰੁਕਣਾ ਆਉਣਾ ਪੁਲਿਸ ਨਾਲ ਲੈ ਕੇ। ਇਹਦਾ ਰਾਹ ਹੀ ਹੋ ਸਕਦਾ ਹੋਰ ਕੀ ਹੋਣਾ ਨੇ, ਬਾਕੀ ਤੁਹਾਡੇ ਆਪਣਾ ਜੀ। ਵਾਹਿਗੁਰੂ ਜੀ ਖਾਲਸਾ। ਜਿਹੜੇ ਮਤੇ ਪਾਸ ਕੀਤੇ ਤਾਂ ਆਪਾਂ ਸਾਰੇ 100% ਇਕੱਠੇ ਆ ਨਾ, ਲੈਟ ਸਟਿਕ ਟੂ ਦੈਮ, ਆਪਸ ਵਿੱਚ ਹੀ ਖਿੱਚੋ ਤਾਣ ਨਾ ਕਰੀਏ। ਜੇ ਕੋਈ ਮਸਲਾ ਆਉਂਦਾ ਥੋੜ੍ਹੇ ਜਿਹੇ ਨੁਮਾਇੰਦੇ ਰਲ ਕੇ, ਵੀ ਡੋਂਟ ਹੈਵ ਟੂ ਕੋਲ 100 ਪੀਪਲ, 10-15-20 ਬੰਦੇ ਰਲ ਕੇ ਫੈਸਲਾ ਕਰ ਲਿਆ ਜਾਵੇ। ਬਟ ਇਹ ਹੈ ਨਾ, ਆਪਾਂ ਕਿਸੇ ਜਾ ਕੇ ਇੱਥੇ ਮਤਾ ਪਾ ਕੇ ਕੱਲ੍ਹ ਨੂੰ ਰੋਕਣ ਤਰ ਪਈਏ, ਦੈਟਸ ਨੋਟ ਪੋਸੀਬਲ, ਠੀਕ ਵੀ ਨਹੀਂ ਲੱਗਦਾ, ਲੋਕਾਂ ਨੂੰ ਵੀ ਗਾਲਾਂ ਕੱਢਣੀਆਂ। ਯੂ ਹੈਵ ਟੂ ਗਿਵ ਸਮਬਡੀ ਨੋਟਿਸ, ਉਹਨਾਂ ਨੂੰ ਚੰਗੀ ਤਰ੍ਹਾਂ ਲਿਖਤੀ ਰੂਪ 'ਚ ਭੇਜੋ, ਪੁਲਿਸ ਦੇ ਰਾਹੀਂ ਦੱਸੋ ਜਾਂ ਹੋਰ ਜਿਹੜਾ ਵਸੀਲਾ ਵਰਤਣਾ ਉਹਦੇ ਰਾਹੀਂ ਦੱਸੋ ਵੀ ਸਿੱਖ ਸੰਗਤਾਂ ਦੀ ਰੈਜੂਲੂਸ਼ਨ ਆਇਆ। ਉਹ ਪੁਲਿਸ ਦੀ ਜ਼ਿੰਮੇਵਾਰੀ ਉਹਨਾਂ ਗੱਲਬਾਤ ਕਰਨ ਦੀ ਜਾਂ ਉਹਨਾਂ ਦੇ ਅਥੋਰਟੀਆਂ ਦੀ, ਜਿਹੜੀਆਂ ਲੋਅ ਦੀਆਂ ਏਜੰਸੀਆਂ ਇਨਫੋਰਸਮੈਂਟ ਉਹਨਾਂ ਦੀ ਜ਼ਿੰਮੇਵਾਰੀ ਆ। ਉਦੋਂ ਬਾਅਦ ਜੇ ਆਪਣਾ ਕੰਮ ਨਹੀਂ ਰੁਕਾਉਂਦਾ ਫਿਰ ਇੱਦਾਂ ਦੇ ਮਸਲੇ ਓਪਨ ਮੀਟਿੰਗਾਂ 'ਚ ਵੀ ਨਹੀਂ ਡਿਸਕਸ ਹੁੰਦੇ। ਸੋ ਮੇਰੀ ਬੇਨਤੀ ਆ, ਜਿਹੜੇ ਮਤੇ ਲਿਖੇ ਆ ਧਿਆਨ, ਹਰ ਗੱਲ ਦਾ ਧਿਆਨ ਰੱਖ ਕੇ ਰੱਖਿਆ, ਤਾਂ ਹੀ ਮੈਂ ਸ਼ੁਰੂਆਤ 'ਚ ਕਿਹਾ ਸੀ ਓਨੀ ਗੱਲ ਕਰੋ ਜਿੰਨੀ ਕਰ ਸਕਦੇ ਹਾਂ, ਜਿੰਨੀ ਪੁਗਾ ਸਕਦੇ ਹਾਂ, ਜਿੰਨੀ ਕੁ ਪੋਸੀਬਿਲਟੀ ਆ। ਇੱਥੇ ਜਿਹੜੇ ਬੰਦੇ ਸਿੱਖ ਧਰਮ ਨੂੰ ਮੰਨਦੇ ਵੀ ਨਹੀਂ ਕਈ, ਉਹ ਵੀ ਉਹਨਾਂ ਦੇ ਕੋਲ ਵੀ ਸਰੂਪ ਹੋਣੇ ਹੈ ਨਾ, ਆਪਾਂ ਨੂੰ ਜਿੱਦਾਂ ਜਿੱਦਾਂ ਪਤਾ ਲੱਗਦਾ ਆਪਾਂ ਮੋਰਚੇ ਲਾਉਂਦੇ ਜਾਂ ਵਾਪਸ ਲਾਉਣ ਦੀ ਟਰਾਈ ਕਰਦੇ ਹਾਂ। ਸੋ ਇਟਸ ਬਿਗ ਇਸ਼ੂ, ਇਹ ਇਸ਼ੂ ਨਾ ਇਸ ਮੀਟਿੰਗ 'ਚ ਹੱਲ ਹੋਣਾ ਨਾ ਇੱਕ ਦਿਨ 'ਚ ਹੱਲ ਹੋਣਾ, ਪਰ ਆਪਾਂ ਜੇ ਹੌਲੀ ਹੌਲੀ ਤੁਰਾਂਗੇ ਆਪਾਂ ਸਫਲਤਾ ਕਰਦੇ ਜਾਵਾਂਗੇ। ਤਾਂ ਇਹਨੂੰ ਜਾਣੀ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ, ਜਿਹੜੇ ਬੰਦਿਆਂ ਨੇ ਲਿਖੇ ਉਹਨੇ ਸਾਰੇ ਪੱਖ ਸੋਚ ਕੇ ਲਿਖੇ ਆ, ਹੈਵ ਸਮ ਫੇਥ ਇਨ ਦੈਮ। ਮੇਰੀ ਬੇਨਤੀ ਆ ਕਿ ਇਹਨਾਂ ਨੂੰ ਪ੍ਰਵਾਨ ਦੇਵੋ, ਪ੍ਰਵਾਨਗੀ ਦੇਵੋ, ਜਕਾਰਾ ਬੁਲਾ ਕੇ, ਜਿਹੜੀ ਕੋਈ ਕਮੀ ਕਮਜ਼ੋਰੀ ਰਹਿ ਗਈ, ਜਿਹੜੇ ਮੇਨ ਮੇਨ ਬੰਦੇ ਬਾਅਦ ਦੇ ਵਿੱਚ ਹਫ਼ਤੇ ਬਾਅਦ ਜਾਂ 2 ਹਫ਼ਤੇ ਬਾਅਦ ਆਪਾਂ ਬਹਿ ਕੇ ਸੋਚ ਲਵਾਂਗੇ ਆਪਾਂ ਨੈਕਸਟ ਸਟੈਪ ਕੀ ਚੱਕੀਏ, ਆਪਾਂ ਨੂੰ ਓਪਨਲੀ ਇੱਥੇ ਸਾਰੀ ਸਟੈਪ ਡਿਸਕਸ ਕਰਨ ਦੀ ਲੋੜ ਨਹੀਂ, ਤਾਂ ਉਹ ਆਪਣੀ ਰਿਕਾਰਡਿੰਗ ਦੂਜੇ ਪਾਸੇ ਪਹਿਲਾਂ ਚੱਲ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇਹ ਜ਼ਰੂਰ ਆ। ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ ਸਾਰਿਆਂ ਨੂੰ ਕਿ ਮੇਰੇ ਬੱਚੇ ਇਸ ਢੰਗ ਨਾਲ ਸਾਰੇ ਇਕੱਠੇ ਹੋਣ,
ਇਹ ਬੜੀ ਵੱਡੀ ਗੱਲ ਹੈ ਇਸ ਦੇਸ਼ ਵਿੱਚ ਕਿ ਅਸੀਂ ਦੁਬਾਰਾ ਇਸ ਢੰਗ ਨਾਲ ਜੁੜੇ ਹਾਂ ਅਤੇ ਮਤੇ ਜਿਹੜੇ ਪਰ ਸਾਰੇ ਤਕਰੀਬਨ ਠੀਕ ਨੇ ਅਤੇ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਆਗੂ ਆ ਮੁਖੀ ਸੱਜਣ ਆ ਉਹਨਾਂ ਨੂੰ ਇੱਕ ਮੌਕਾ ਸਾਨੂੰ ਦੇਣਾ ਚਾਹੀਦਾ ਜੋ ਵੀ ਉਹ ਕਰਨਾ ਚਾਹੁੰਦੇ ਜਿਸ ਢੰਗ ਨਾਲ ਗੱਲਬਾਤ ਕਰਨਾ ਚਾਹੁੰਦੇ ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਅਤੇ ਜੇ ਆਪਾਂ ਇਕੱਲਾ ਇਕੱਲਾ ਸੱਜਣ ਵਿਚਾਰ ਦਿੰਦੇ ਰਹੇ ਤਾਂ ਬਹੁਤ ਲੰਬਾ ਸਮਾਂ ਅੱਜ ਬਹੁਤ ਵੱਡਾ ਇਤਿਹਾਸਿਕ ਦਿਹਾੜਾ ਸਾਡਾ ਅਤੇ ਮੈਂ ਸਮਝਦਾ ਜਥੇਬੰਦੀਆਂ ਵਾਸਤੇ ਗੁਰਦੁਆਰਿਆਂ ਵਾਸਤੇ ਵੀ ਇੱਕ ਨਵਾਂ ਇਤਿਹਾਸ ਦਾ ਵਰਕਾ ਲਿਖਣ ਦਾ ਮੌਕਾ ਸੋ ਮੈਂ ਇਹ ਨਿਸ਼ਚਾ ਰੱਖਦਾ ਕਿ ਸਾਡੇ ਜਿਹੜੇ ਸਾਰੇ ਮੁਖੀ ਸੱਜਣ ਆ ਇਹ ਆਪਣੀ ਡਿਊਟੀ ਨਿਭਾਉਣਗੇ ਭੁੱਲਾਂ ਚੁੱਕਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਆਪਣੇ ਰਝੇਵਿਆਂ 'ਚੋਂ ਪੰਥਕ ਜਥੇਬੰਦੀਆਂ ਦੇ ਮੁਖੀ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੋ ਇਹ ਮਤਾ ਪਾਸ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਤਨਦੇਹੀ ਨਾਲ ਆਪਾਂ ਲਾਗੂ ਕਰਵਾਈਏ ਅਤੇ ਆਪਾਂ ਇਸੇ ਤਰ੍ਹਾਂ ਪੰਥਕ ਤੌਰ 'ਤੇ ਬਹਿ ਕੇ ਇਸੇ ਤਰ੍ਹਾਂ ਪੰਥ ਦੇ ਮਸਲਿਆਂ ਨੂੰ ਹੱਲ ਕਰਾਂਗੇ ਯੂਕੇ ਅਤੇ ਯੂਰਪ ਵਿੱਚ ਕੋਈ ਸਟੇਜ ਨਹੀਂ ਜੋ ਪੰਥ ਦੇ ਇਤਿਹਾਸ ਦੇ ਜਾਂ ਗੁਰੂ ਸਾਹਿਬਾਂ ਦੇ ਬਾਰੇ ਕੋਈ ਜੀ ਸ਼ਬਦਾਵਲੀ ਬੋਲੇ ਜੋ ਪੰਥ ਵਿੱਚ ਪ੍ਰਵਾਨ ਨਹੀਂ ਹੈ ਉਹਨੂੰ ਸਟੇਜ 'ਤੇ ਕੋਈ ਟਾਈਮ ਦੇਵੇਗਾ ਸੋ ਆਏ ਹੋਏ ਸਾਰਿਆਂ ਬੁਲਾਰਿਆਂ ਦਾ ਧੰਨਵਾਦ ਬਹੁਤਿਆਂ ਬੁਲਾਰਿਆਂ ਨੂੰ ਅਸੀਂ ਟਾਈਮ ਨਹੀਂ ਦੇ ਸਕੇ ਉਸ ਦਾ ਇੱਕ ਤਾਂ ਇਹ ਰੀਜ਼ਨ ਹੈ ਵੀ ਬਹੁਤ ਦੂਰ ਦੂਰ ਤੋਂ ਸੰਗਤ ਆਈ ਹੈ ਦੂਸਰੀ ਆ ਇੱਥੇ ਹੀ ਸਮਾਪਤੀ ਆ ਅਤੇ ਸਾਰਿਆਂ ਦਾ ਦੁਬਾਰਾ ਤੋਂ ਧੰਨਵਾਦ ਥੋੜ੍ਹੇ ਸਿੰਘ ਜਿਹੜੇ ਜ਼ਿੰਮੇਵਾਰ ਬਹਿ ਕੇ ਉਹਨੂੰ ਦੁਬਾਰਾ ਆਪਾਂ ਚੰਗੀ ਤਰ੍ਹਾਂ ਲਿਖ ਕੇ ਮੀਡੀਆ 'ਚ ਭੇਜ ਦਈਏ ਅਤੇ ਹਰਿੰਦਰ ਸਿੰਘ ਨੂੰ ਜੋ ਸੁਨੇਹਾ ਭੇਜਣਾ ਆ ਉਹ ਵੀ ਆਪਾਂ ਇਕੱਠੇ ਬਹਿ ਕੇ ਉਹਦੇ ਬਾਰੇ ਵਿਚਾਰ ਕਰ ਲੈਂਦੇ ਹਾਂ ਇੱਥੇ ਹੀ ਸਮਾਪਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਇਆ ਸਿੰਘ ਗੁਰਦੁਆਰਾ ਗੁਰੂ ਹਰਾਏ ਸਾਹਿਬ ਵੈਸਟ ਬ੍ਰਹਮਚ ਤੋਂ ਸਮੂਹ ਸੈਂਡਵਲ ਦੇ ਗੁਰਦੁਆਰਿਆਂ ਦੇ ਵਿਹਾਰ 'ਤੇ ਆਪ ਜੀ ਸੰਗਤਾਂ ਨਾਲ ਕੁਛ ਵਿਚਾਰ ਸਾਂਝੇ ਕਰ ਰਿਹਾ ਹੈ ਜੋ ਕਿ ਪਿਛਲੇ ਕੁਛ ਦਿਨਾਂ ਤੋਂ ਭਾਈ ਹਰਿੰਦਰ ਸਿੰਘ ਜੀ ਨਿਰਵੈਰ ਖਾਲਸਾ ਜਥਾ ਕਵੈਂਟਰੀ